ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪ੍ਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਆਚਾਰੀ ਦੋਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਹੁਕਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ ਡੰਡੋਤ ਬੰਦਨ ਅੰਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਪ੍ਰਿਆ ਨਾਨਕ ਮਨ ਪ੍ਰਗਾਸ ਮੂਖ ਉਚਰੈ ਸ਼ਾਸਤਰ ਕੱਟ ਪਿੰਗ ਗਿਰਨ ਚੜ੍ਹ ਜਾਏ ਅੰਧ ਲਖੈ ਬਦਰੋ ਸੁਣੈ ਜੋ ਪਾਲ ਕਿਰਪਾ ਕਰਾਏ ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਕਰ ਨਾਮ ਜਿਸ ਕਰਣਾ ਤੇ ਪੜ੍ਹ ਅਗੇ ਪਾਵਹਿ ਗਤ ਵਿਸ਼ਰਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਸ਼ੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋ ਮਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਜਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਜਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ
श्री गुरु गोबिंद सिंह साहब जी महाराज, धन धन साहिब श्री गुरु ग्रंथ साहब महाराज जी, महान बख्शिश कृपालता का सदका आप सारिया संगत सतगुरों के पावन चरणों में हाजिर हो के सतगुर सच्चे पातशाह जी का अवतार पर्व जिथे अज ननकाणा साहब जी की पावन धरती विखे गुरु महाराज ने अवतार धारिया सी, उस पवित्र स्थान ते सामने दो चित्र लगे है। एक श्री ननकाणा साहब जी का है, दूसरा है गुरुद्वारा श्री बेर साहब जी का। महाराज का जो अवतार स्थान श्री ननकाणा साहब जी, उत्थे भी संगतां बड़ी श्रद्धा भगती दे नाल गुरु महाराज का पावन गुरपुरब मना रही हैं। इस पवित्र धरती से महाराज ने चरण पाए, अपनी चरण छोह दे नाल इन्हां स्थानां नूं इस नगर नूं पावनता बख्शिश की। समय का कोई ऐसा चक्कर चलिया, देश का बंटवारा हो गया, गुरु महाराज का अवतार स्थान और बहुत सारे इतिहासक स्थान उधर रह गए। बीए जिन्नी संगत नूं मिलते हैं वो अपने इधरों भी बारे देशों तो भी संगत आ के बारह दे स्थान की यात्रा तथा संबंधित स्थानों की यात्रा करते हैं, दीवान सजते हैं, पाठ होंगे, कथा कीर्तन होंगे। पंजाब की धरती के अंदर सुल्तानपुर लोधी जिला कपूरथला के ये महाराज के पावन स्थान हैं। धन धन बेबे नानकी जी के प्यार द्वारा श्री सतगुरु जी इस नगर विच आए, पवित्र चरण पाए। 15 साल की आरवला तक श्री ननकाणा साहब राय भोए की तलवंडी जी का पहला नाम है, श्री मेहता कल्याण चंद्र जी और सत्कार जो पूजनी माता तृप्ता जी के ग्रह लिखे बिक्रमी 1526 संमत से अंग्रेजी 1479 ईस्वी कत्तक की पूर्णमाशी वाले दिन आप जी ने इस धरती से प्रगट हुए, भाग लाए और उस धरती से 15 साल तक बेअंत कौतक किए। बेबे नानकी जी दी लोरियां, माता पिता का प्यार और बालकपन बीतिया जिथे महाराज ने 6 साल की उम्र उन्होंने पढ़ने पाया गया। पंडित गोपाल इतों हिंदी, पंजाबी, संस्कृत वगैरह और कुतुबुद्दीन इतों फारसी, अरबी ये पढ़ने वास्ते पाया गया सी। गुरु महाराज ने अपनी रूहानियत दे नाल उन्होंने जिते उन्हों को दुनियावी बोध सी, आत्मा का ज्ञान भी बख्शिश किया। इस तरह वैद अरदास जो पातशाह जी अपने आनंद स्वरूप
ਬੈਠਦੇ ਸੀ ਜਾਂ ਬਰਾਜਦੇ ਸੀ, ਪਰਿਵਾਰ ਵਿੱਚ ਸੰਸਾਰ ਸੀ ਕਿ ਮਹਾਰਾਜ ਚੁੱਪ ਚਾਪ ਕਿਉਂ ਰਹਿੰਦੇ ਹਨ। ਵੈਦ ਅਰਦਾਸ ਨੂੰ ਬੁਲਾਇਆ ਗਿਆ ਸੀ, ਵੈਦ ਬੁਲਾਇਆ, ਵੈਦ ਹੀ ਪਕੜਨ ਭੁੱਲੇ ਬਾਂ ਭੋਲਾ ਵੈਦ ਨਾ ਜਾਣੇ ਪਰ ਕਰੇਜੇ ਬਾਂ, ਉਹਦੇ 'ਤੇ ਵੀ ਕਿਰਪਾ ਕੀਤੀ ਸੀ ਅਤੇ ਪੰਡਤਾਂ ਨੂੰ ਵੀ ਉਪਦੇਸ਼ ਦਿੱਤਾ ਸੀ ਅਤੇ ਉਹਨਾਂ ਮੌਲਵੀਆਂ ਨੂੰ ਵੀ ਕਿਰਪਾ ਕੀਤੀ ਜਾ ਕਰਨ ਗੁਰੂ ਇਹ ਸ਼ਬਦ ਪੜ੍ਹ ਕੇ ਅਤੇ ਪੰਡਤਾਂ ਨੂੰ ਵੀ ਕੂੜਾ ਮੁਕਾਰ ਪਾਸ ਬਹਾ ਲਿਆ, ਉਪਦੇਸ਼ ਬਖਸ਼ੇ ਸੀ। ਫਿਰ ਇਸੇ ਤਰ੍ਹਾਂ ਪੱਟੀ ਲਿਖੀ, ਉਹਦੇ 'ਤੇ ਵੀ ਬਾਣੀ ਆਚਾਰੀ ਹੈ, ਸਾਫ ਹੋਏ ਸ੍ਰਿਸ਼ਟੀ ਸਾਜੀ, ਇਹ ਸਾਰੇ ਅੱਖਰਾਂ ਦੇ ਉੱਤੇ ਗਿਆਨ ਬਖਸ਼ਿਸ਼ ਕੀਤਾ। ਫਿਰ ਜਦੋਂ ਮਹਾਰਾਜ ਨੂੰ ਮੱਝੀਆਂ ਗਾਈਆਂ ਚਾਰਨ ਵਾਸਤੇ ਪਿਤਾ ਜੀ ਵੱਲੋਂ ਭੇਜਿਆ ਗਿਆ, ਉਸ ਵੇਲੇ ਵੀ ਮਹਾਰਾਜ ਨੇ ਆਸਨ ਵਿਛਾ ਕੇ ਬਰਾਜਿਆ ਸੀ। ਪੂਰੇ ਦਿਹਾੜੀ ਧੁੱਪ ਆਈ ਅਤੇ ਸ਼ੇਸ਼ ਨਾਗ ਨੇ ਫਨ ਫੁਲਾ ਕੇ ਤੇਰੇ 'ਤੇ ਸ਼ਾਮ ਕੀਤੀ। ਇਹ ਹੁਣ ਜਿਹੜੇ ਕਰਾਮਾਤੀ ਪੁਰਸ਼ ਆ ਉਹਨਾਂ ਨੂੰ ਸਭ ਸ਼ਾਂ ਕਰਦਾ ਅਤੇ ਕਦੇ ਡੰਗ ਮਾਰੇਗਾ। ਇਸ ਤਰ੍ਹਾਂ ਦਰਖਤ ਦਾ ਪਰਛਾਵਾਂ ਨਾ ਢਲਦਾ ਅਤੇ ਮਹਾਰਾਜ ਦਾ ਕਹਿੰਦੇ ਡਿੱਗੇ ਨਾ ਬਿਰਛ ਕੀ ਛਾਂ, ਦਰਖਤ ਦੀ ਛਾਂ ਡਿੱਗਦੀ ਨਹੀਂ। ਪਰ ਉਸ ਵੇਲੇ ਧਰਤੀ ਦੇ ਮਾਲਕ ਆਏ ਆ, ਛਾਂ ਵੀ ਸਥਿਰ ਹੋਈ ਰਹੀ। ਜਦੋਂ ਰਾਏ ਬਲਾਰ ਜੀ ਨੇ ਕੌਤਕ ਦੇਖੇ ਸੀ ਫਿਰ ਹੀ ਪ੍ਰਭਾਵਿਤ ਹੋਇਆ ਸੀ, ਉਹਨੂੰ ਮਹਾਰਾਜ ਦਾ ਸ਼ਰਧਾਲੂ ਬਣਿਆ ਸੀ। ਜਿਵੇਂ ਉਹ ਕਿਸਾਨ ਦੀ ਖੇਤੀ ਹਰੀ ਭਰੀ ਮੱਝਾਂ ਗਾਈਆਂ ਨੇ ਖਾ ਰਹੀ ਸੀ, ਉਸ ਨੇ ਸ਼੍ਰੀ ਰਾਏ ਬੁਲਾਰ ਕੋਲ ਸ਼ਿਕਾਇਤ ਕੀਤੀ ਸੀ। ਉਹਨੇ ਫਿਰ ਦੇਖਣ ਵਾਸਤੇ ਆਪਣੇ ਨੁਮਾਇੰਦੇ ਭੇਜੇ ਸਨ ਔਰ ਖੇਤੀ ਉਵੇਂ ਹਰੀ ਭਰੀ ਸੀ। ਇਹ ਵੀ ਇੱਕ ਕਰਾਮਾਤ ਹੀ ਹੈ। ਔਰ ਇਸੇ ਤਰ੍ਹਾਂ 6 ਸਾਲ ਦੀ ਉਮਰ ਵਿੱਚ ਜਿਹੜੇ ਬੜੇ ਬੜੇ ਵਿਦਵਾਨ ਪੰਡਿਤ ਮੌਲਵੀ ਵੈਦ, ਉਹਨਾਂ ਦੀ ਤਸੱਲੀ ਕਰਾਉਣੀ ਔਰ ਇਸੇ ਪ੍ਰਕਾਰ ਪੰਡਿਤ ਹਰਦਿਆਲ ਅਵਤਾਰ ਸਮੇਂ ਜਿਵੇਂ ਦੌਲਤਾਂ ਦਾਈ ਨੇ ਸਾਰਾ ਨੂਰ ਪ੍ਰਕਾਸ਼ ਦੇਖਿਆ ਸੀ, ਉਹ ਵੀ ਸਾਰਾ ਪੰਡਿਤ ਹਰਦਿਆਲ ਜੀ ਨੂੰ ਦੱਸਿਆ। ਉਹਨਾਂ ਨੇ ਫਿਰ ਆਪਣੇ ਜੋਤਿ ਸ਼ਾਸਤਰ ਦੁਆਰਾ ਮਹਾਰਾਜ ਦੀ ਜਨਮ ਪੱਤਰੀ ਕੁੰਡਲੀ ਔਰ ਬਣਾਈ ਸੀ, ਸਾਰਾ ਕੁਝ ਇਹ ਦੱਸਿਆ ਸੀ ਕਿ ਇਹ ਸੰਸਾਰ ਦੇ ਭਲੇ ਕਰਨ ਵਾਸਤੇ ਆਪ ਨਾਰਾਇਣ ਕਲਾਕਾਰ ਜਗ ਮੈਂ ਪਰਵਰਿਆ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ। ਇਹ ਪਰਿਪੂਰਨ ਪਰਮਾਤਮਾ ਜਿਹੜੇ ਦੁਨੀਆਂ ਦੇ ਭਲੇ ਲਈ ਆਏ ਆ, ਜਿਵੇਂ ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਬਚਨ ਕਰਤੇ ਪੁਰਖ ਨੇ ਜਦੋਂ ਬੁਲਾਇਆ ਸੀ ਸਾਰੇ ਅਵਤਾਰਾਂ ਨੂੰ ਇੱਥੇ ਜਾਣ ਵਾਸਤੇ, ਆਮ ਪਲ ਜੋ ਤੂੰ ਡਰਦੇ ਸੀ ਧੰਨਿਆਸ ਦੇ ਨਰਾਜੋ ਰੂਪਾਏ ਮ੍ਰਿਤ, ਉਹ ਕੁਛ ਧਾਨਿਆ ਜਿਹੜੇ ਕਲਯੁਗ ਆਉਣ ਦੇ ਪਹਿਲਾਂ ਹੀ ਸਰੀਰ 'ਤੇ ਆ ਜਾਂਦੇ ਅਤੇ ਸਾਨੂੰ ਕੋਈ ਕਲੰਕ ਨਾ ਲੱਗੇ। ਪਰ ਮਹਾਰਾਜ ਕਲੰਕ ਨੂੰ ਬਿਨਾਂ ਨੇ ਕਲੰਕੀ ਸਰੂਪ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ, ਫਿਰ ਪਿਤਾ ਜੀ ਵੱਲੋਂ ਸੱਚਾ ਸੌਦਾ ਕਰਨ ਦਾ ਹੁਕਮ ਹੋਇਆ ਸੀ। ਫਿਰ ਜਿਹੜੇ ਉਹ ਬੰਦਗੀ ਵਾਲੇ ਸਾਧੂ ਸੀ ਉਹਨਾਂ ਨੂੰ ਰਸਤ ਪਾਣੀ ਲਿਆ ਕੇ ਭਾਈ ਬਾਲਾ ਜੀ ਦੁਆਰਾ
ਲੰਗਰ ਤਿਆਰ ਕਰਕੇ ਛਕਾਇਆ ਸੀ। ਔਰ ਇਸੇ ਪ੍ਰਕਾਰ ਫਿਰ ਖੇਤੀ ਕਰਨ ਵਾਸਤੇ, ਵਪਾਰ ਕਰਨ ਵਾਸਤੇ, ਨੌਕਰੀ ਕਰਨ ਲਈ, ਸੌਦਾਗਰੀ ਕਰਨ ਵਾਸਤੇ ਵੀ ਪਿਤਾ ਜੀ ਵੱਲੋਂ ਪੇਸ਼ਕਸ਼ ਕੀਤੀ ਸੀ। ਮਹਾਰਾਜ ਨੇ ਇਸ ਸ਼ਬਦ ਵਿੱਚ ਸਾਰਾ ਦੱਸਿਆ ਸੀ ਨਾ, ਮਨ ਹਾਲੀ ਪਰਸਾਣੇ ਕਰਨੇ, ਸੁਣ ਸਾਸ ਸੌਦਾਗਰੀ, ਇਹ ਸਾਰਾ ਹੀ ਸ਼ਬਦ ਵਿੱਚ ਦੱਸਿਆ ਹੋਇਆ, ਹਾਣ ਹੱਟ ਕਰ ਆ ਰਿਹਾ। ਸੋ ਇਸ ਵਾਸਤੇ ਕਿ ਜੋ ਕਰਤੇ ਪੁਰਖ ਦਾ ਹੁਕਮ ਸੀ ਉਹੀ ਉਹਨਾਂ ਬਿਜਾਉਣਾ ਸੀ। ਫਿਰ ਬੇਬੇ ਜੀ ਭਾਈਆ ਜੈ ਰਾਮ, ਉਹਨਾਂ ਦੀ ਬੇਨਤੀ ਤੋਂ ਸ਼੍ਰੀ ਰਾਏ ਗੁਲਾਬ ਜੀ ਨਾਲ ਸਲਾਹ ਕਰਕੇ ਫਿਰ ਮਹਾਰਾਜ ਇਸ ਨਗਰ ਵਿੱਚ ਚਰਨ ਪਾਏ। ਇੱਥੇ ਵੀ ਉਹਨਾਂ ਦੀ ਬੇਨਤੀ ਤੋਂ ਹੀ ਮੋਦੀਖਾਨੇ ਦੀ ਕਿਰਤ ਕੀਤੀ। ਗੁਰਦੁਆਰਾ ਸ਼੍ਰੀ ਹੱਟ ਸਾਹਿਬ ਅੱਜ ਵੀ ਉਹ 14 ਵੱਡੇ ਕੱਚੇ ਤੋਲ ਦੇ ਮੌਜੂਦ ਆ। ਉਸ ਸਮੇਂ ਦਾ ਇਤਿਹਾਸ ਹਨ, ਇਹਨਾਂ ਵੱਡਿਆਂ ਦੇ ਨਾਲ ਤੋਲ ਕੇ ਗਰੀਬਾਂ ਦੀਆਂ ਝੋਲੀਆਂ ਭਰਦੇ ਸਨ। ਔਰ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਦੁਨੀਆ ਨੇ ਦੇਖਿਆ, ਨਿੰਦਿਆ ਚੁਗਲੀ ਵੀ ਕਰਦੇ ਰਹੇ। ਔਰ ਫਿਰ 3 ਵਾਰੀ ਲੇਖਾ ਜੋਖਾ ਹੋਇਆ ਅਤੇ ਮਹਾਰਾਜ ਨੇ ਦੱਸਿਆ ਕਿ ਨਾਮ ਜਪਦਿਆਂ ਜਿਹੜੀ ਧਰਮ ਦੀ ਕਿਰਤ ਕੀਤੀ ਜਾਂਦੀ, ਵੰਡ ਕੇ ਛਕਿਆ ਜਾਏ, ਉਹਦੇ 'ਚ ਹਮੇਸ਼ਾ ਹੀ ਬਰਕਤ ਰਹਿੰਦੀ ਹੈ, ਘਾਟਾ ਨਹੀਂ ਪੈਂਦਾ। ਅਤੇ ਚਿਰ ਬੋਲਣਾ ਥੋੜ੍ਹੀ ਦੋ ਜੇ ਸਰਾਪ ਕਿਰਪਾਲ, ਸ਼ਬਦ ਉਪੁੱਟ ਬਾਬਾ ਨਾਨਕਾ ਖਾਹੇ ਖਰਚ ਧਨ। ਬੇਬੇ ਜੀ ਦੀ ਆਪਣੇ ਪ੍ਰੇਰਨਾ ਦੁਆਰਾ ਹੀ ਕੁੜਮਾਈ ਵਿਆਹ ਇਹ ਸਾਰਾ ਕੁਝ ਹੋਇਆ। ਇਸੇ ਨਗਰੀ ਬਾਬਾ ਸ਼੍ਰੀ ਚੰਦ ਲਖਮੀ ਦਾ ਜੀ ਦਾ ਅਵਤਰਨ ਹੋਇਆ। ਔਰ ਫਿਰ ਸੱਚੇ ਪਾਤਸ਼ਾਹ ਨੇ, ਜਿਵੇਂ ਭਾਈ ਫਕੀਰ ਸੀ, ਕਾਲੀ ਦੇਵੀ ਦੇ ਉਪਾਸ਼ਕ ਸੀ ਮਨਸੀਹਾਂ ਵਾਲੇ, ਦੇਵੀ ਦੀ ਪ੍ਰੇਰਨਾ ਨਾਲ ਇੱਥੇ ਆਏ। ਉਹਨਾਂ ਨੂੰ ਵੀ ਮਹਾਰਾਜ ਨੇ ਆਤਮ ਗਿਆਨ ਬਖਸ਼ਿਆ। ਫਿਰ ਉਹ ਦਾਤਣ ਦੀ ਸੇਵਾ ਕਰਦੇ ਰਹੇ। ਇੱਕ ਦਿਨ ਡੇਰੀ ਦੀ ਦਾਤਣ ਲਿਆਏ ਸੀ, ਕਹਿਣ ਲੱਗੇ ਭਾਈ ਭਗੀਰਥ ਜੀ ਅੱਜ ਦਾਤਣ ਕਾਹਦੀ ਲਿਆਏ ਆ? ਕਹਿਣ ਲੱਗੇ ਡੇਰੀ ਦੀ ਹੈ। ਬਾਰੇ ਨੇ ਦਾਤਣ ਕਰਕੇ ਗੁਰਲਾ ਕਰਕੇ ਉਹ ਦਾਤਣ ਡੇਰੀ ਦੇ ਕਿਨਾਰੇ ਕੱਢ ਦਿੱਤੀ। ਅਤੇ ਜਿਹੜੇ ਬੇਰ ਸਾਹਿਬ ਦਾ ਭਾਵ ਦਰਸ਼ਨ ਕਰ ਰਹੇ ਹੋ, ਬੇਰ ਸਾਹਿਬ ਦੇ ਨਾਂ 'ਤੇ ਸ਼੍ਰੀ ਗੁਰਦੁਆਰੇ ਸਾਹਿਬ ਦਾ ਨਾਮ ਸ਼੍ਰੀ ਬੇਰ ਸਾਹਿਬ ਹੈ। ਬੋਲੇ ਸੋਨਿਹਾਲ ਸਤ ਸ੍ਰੀ ਅਕਾਲ। ਮਹਾਰਾਜ ਜੀ ਨਿਸ਼ਾਨੀ ਹੈ। ਫਿਰ ਜਦੋਂ ਸੱਚਖੰਡ ਗਏ, ਭਾਈ ਭਗੀਰ ਜੀ ਬਕਸਰ ਲੈ ਕੇ ਖਲੋਤੇ ਸੀ ਇਸ਼ਨਾਨ ਦੀ ਸੇਵਾ 'ਚ। ਬਾਬਾ ਪੈਂਦਾ ਸੱਚਖੰਡ, ਨੌਨਿਤ ਨਾਮ ਗਰੀਬੀ ਭਾਈ। ਅਤੇ ਉਸ ਵੇਲੇ ਫਿਰ ਕਰਤੇ ਪੁਰਖ ਨੇ ਕਿਹਾ ਕਿ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਭੇਜੇ ਗਏ ਆ, ਸਾਰੇ ਆਪੋ ਆਪਣੇ ਨਾਮ ਜਪਾਉਂਦੇ ਰਹੇ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣੋ ਰਾਹ ਚਲਾ, ਪਾਰ ਬ੍ਰਹਮ ਕਿਨਹੂੰ ਨਾ ਪਛਾਣੋ। ਦਸਮ ਪਾਤਸ਼ਾਹ ਕਹਿੰਦੇ ਆਪੋ ਆਪਣੇ ਰਾਹ ਚਲਾ ਕੇ ਬਹਿ ਗਏ। ਇਸ ਤਰ੍ਹਾਂ ਫਿਰ ਤੁਸੀਂ ਜਾ ਕੇ ਇੱਕ ਕਰਤੇ ਪੁਰਖ ਦਾ ਨਾਮ ਜਪਾਓ। ਅਤੇ ਮਹਾਰਾਜ ਨੇ ਕਿਹਾ ਵੀ ਨਾਮ ਤਾਂ ਮਹਾਰਾਜ ਬਹੁਤ, ਆਪ ਕਿਰਪਾ ਕਰ ਦਿਓ। ਅਤੇ ਜਦੋਂ ਤੀਏ ਦਿਨ ਸੰਤ ਘਾਟ ਪ੍ਰਗਟ ਹੋਏ ਸੀ, ਨਿੰਦਕਾਂ ਨੇ ਤਾਂ ਪੂਰਾ ਜ਼ੋਰ ਲਾਇਆ ਨਾ, ਹੁਣ ਘਾਟਾ ਪੈ ਗਿਆ, ਲੇਖਾ ਦੇਣ ਦੇ ਮਾਰੇ ਡੁੱਬ ਮਰੇ ਆ। ਉੱਧਰ ਭਾਈਆ ਜੀ ਨੂੰ ਕਹਿੰਦੇ ਤੁਹਾਨੂੰ ਹਿਸਾਬ ਲਏਗਾ, ਉਹਨਾਂ ਦੇ ਵੀ ਮਨ 'ਤੇ ਬੜਾ ਲੋਡ ਸੀ, ਬੋਝ ਸੀ। ਬੇਬੇ ਜੀ ਕਹਿੰਦੇ ਘਬਰਾਓ ਨਾ, ਉਹ ਆਏ ਖੜੇ ਪੁੱਤ ਗਈ। ਤੀਏ ਦਿਨ ਫਿਰ ਪ੍ਰਗਟ ਹੋਏ ਸੀ। ਜਦੋਂ ਬਾਦਸ਼ਾਹ ਦੇ ਸੁਮਿਆਂ ਨੇ ਦੱਸਿਆ ਦੌਲਤ ਖਾਂ ਲੋਧੀ ਨੂੰ, ਫਿਰ ਹਿਸਾਬ ਕਿਤਾਬ ਹੋਇਆ। ਬਾਦਾਂ ਨੇ ਇਹ ਮਾਫ਼ੀ ਮੰਗੀ ਕਿ ਮੇਰਾ ਮੋਦੀ ਸੱਚਾ, ਲੋਕ ਝੂਠੇ, ਅਤੇ ਤੁਸੀਂ ਫਿਰ ਕਾਰ ਕਰੋ। ਕਹਿੰਦੇ ਨੇ ਹੁਣ ਤਾਂ ਜੋ ਕਰਤੇ ਪੁਰਖ ਦਾ ਹੁਕਮ ਹੈ ਉਹੀ ਕਾਰ ਕਰਾਂਗੇ। ਉਦੋਂ ਫਿਰ ਨਾਰਾ ਲਾਇਆ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹ ਰਾਮ ਕੇ ਪਿੰਡ।
ਕਹਿੰਦੇ ਜੇ ਫਿਰ ਤੁਸੀਂ ਇਹ ਖਿਆਲ ਰੱਖਦੇ ਹਾਂ ਤਾਂ ਫਿਰ ਸਾਡੇ ਨਾਲ ਨਵਾਜ਼ ਪੜ੍ਹੋ। ਅਤੇ ਫਿਰ ਮਹਾਰਾਜ ਨੇ ਦੱਸਿਆ ਸੀ ਨਾ ਕਿ ਮਨ ਦੀ ਹਾਜ਼ਰੀ ਨਾਲ ਨਵਾਜ਼, ਬਹੁਤ ਇੱਥੇ ਬੈਠਾ ਮਨ ਕਿਤੇ ਘੁੰਮਦਾ ਫਿਰ ਕੋਈ ਬੰਦਗੀ ਨਹੀਂ ਹੁੰਦੀ। ਅੱਜ ਸਾਡਾ ਵੀ ਇਹ ਹਾਲ ਹੈ ਨਾ ਕਿ ਕਿਸ ਤਰ੍ਹਾਂ ਚਿੜੀਆ ਘਰ ਬਣਾਇਆ ਹੋਇਆ ਆਰਾਮ ਰੌਲਾ ਪੈ ਰਿਹਾ, ਇਹ ਤਾਂ ਪਤਾ ਹੀ ਨਹੀਂ। ਪਹਿਲਾਂ ਪੰਜ ਬਾਣੀਆਂ ਵੀ ਪੜ੍ਹੀਆਂ ਅਤੇ ਰਾਗੀ ਸਿੰਘਾਂ ਨੇ ਡੇਢ ਘੰਟਾ ਲਾ ਕੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਹੁਣ ਕਥਾ ਦਾ ਸਮਾਂ ਆ ਗਿਆ ਅਤੇ ਆਪਣਾ ਇਹਦੇ ਨਾਲ ਕੋਈ ਮਤਲਬ ਨਹੀਂ। ਉਹ ਚੰਦ ਸਰੋਤੇ ਹੈ ਜਿਨ੍ਹਾਂ ਨੂੰ ਕੋਈ ਸ਼ੌਕ ਹੁੰਦਾ ਪਾਠ ਸੁਣੀਏ, ਕੀਰਤਨ ਸੁਣੀਏ, ਕਥਾ ਸੁਣੀਏ। ਬਾਕੀ ਤਾਂ ਸੈਰ ਸਪਾਟਾ ਹੀ ਕਰਨ ਆਏ ਆ ਨਾ, ਮੇਲਾ ਦੇਖਣ ਆਏ ਆ ਜਾਂ ਘਰਾਂ ਦੇ ਕੰਮਾਂ ਦੇ ਥੱਕੇ ਹੋਏ ਆ, ਇੱਥੇ ਰੈਸਟ ਕਰ ਰਹੇ ਆ। ਉੱਥੇ ਤਾਂ ਵਿਹਲ ਨਹੀਂ ਨਾ ਮਿਲਦਾ, ਸਮਾਂ ਬਹੁਤ ਸੋਹਣਾ, ਗਲੀਚੇ ਵੀ ਬਹੁਤ ਵਧੀਆ ਅਤੇ ਹਾਲ ਦੀ ਵੀ ਡੈਕੋਰੇਸ਼ਨ ਪੂਰੀ ਕੀਤੀ ਹੈ ਅਤੇ ਨੀਂਦ ਸੋਹਣੀ ਆ ਜਾਏਗੀ। ਲੰਗਰ ਵੀ ਥਾਂ ਥਾਂ ਚੱਲਦੇ ਆ, ਭੰਡਾਰੇ ਵੀ ਚੰਗੇ ਛਕੇ ਹੋਏ ਆ ਅਤੇ ਨੀਂਦ ਵਧੀਆ ਆਏਗੀ। ਉਹਨਾਂ ਨੂੰ ਕੋਈ ਕਥਾ ਕੀਰਤਨਾ ਕੋਈ ਮਤਲਬ ਨਹੀਂ। ਬਾਕੀਆਂ ਦਾ ਤਾਂ ਹੁੰਦਾ ਰਹਿਣਾ ਗੁਰਦੁਆਰੇ ਹੀ ਹੈ, ਪਰ ਇੱਥੇ ਆ ਕੇ ਰੌਲਾ ਪਾਉਣਾ, ਸੰਗਤ 'ਚ ਨਹੀਂ ਬਹਿਣਾ, ਘੁੰਮਣ ਆਲੇ ਦੁਆਲੇ ਹੀ ਹੈ ਅਤੇ ਉਹਨਾਂ ਨੇ ਕੰਮ ਇਹੀ ਕਰਨਾ। ਕਿਉਂਕਿ ਪਿੰਡਾਂ 'ਚ ਸੰਗਤਾਂ ਹੈ ਨਹੀਂ ਅਤੇ ਮਹੀਨੇ ਪਿੱਛੋਂ ਕੜਾਅ ਕਰ ਲਿਆ ਭਾਈ ਜੀ ਸਪੀਕਰ 'ਚ ਅਨਾਊਂਸ ਕਰ ਦਿੰਦੇ, ਹਾਂਜੀ ਸਾਧ ਸਿੰਘ ਜੀ ਛੇਤੀ ਆ ਜਾਓ, ਬਸ ਨੂੰ ਭੋਗ ਪੈਣ ਵਾਲਾ ਹੀ। ਅਤੇ ਮਾਈਆਂ ਨੇ ਉਦੋਂ ਤੁਰਨਾ ਜਿਹੜੇ ਹੁਣ ਭਾਈ ਜੀ ਬਾਰਾਂ ਮਾਹ ਪੜ੍ਹ ਕੇ ਅਰਦਾਸ ਕਰਨ, ਬਹੁਤਾ ਬਹਿਣਾ ਨਾ ਪਵੇ, ਕਿਉਂ ਸਿੱਖਿਆ ਨਹੀਂ ਨਾ। ਜੇ ਤਾਂ ਪਿੰਡਾਂ 'ਚ ਆਦਤ ਪਈ ਹੋਵੇ ਸੰਗਤ 'ਚ ਬੈਠਣ ਦੀ, ਕਥਾ ਕੀਰਤਨ ਸੁਣਨ ਦੀ, ਕਥਾ ਕੀਰਤਨ ਦਾ ਕਿਤੇ ਪਿੰਡਾਂ 'ਚ ਹੈ ਹੀ ਲੱਗਦੇ ਬਿਰਲੇ ਥਾਂ ਹੀ। ਇਹ ਤਾਂ ਇੱਥੇ ਮਹਾਰਾਜ ਦੀ ਕਿਰਪਾ ਵੀ ਇਤਿਹਾਸਿਕ ਸਥਾਨ ਆ ਅਤੇ ਪ੍ਰਬੰਧ ਹੈ, ਬਾਕੀ ਤਾਂ ਇਸ ਤਰ੍ਹਾਂ ਹੀ ਰਾਮ ਰੌਲਾ ਪਾ ਕੇ ਤੁਰ ਜਾਣਾ। ਇਹਨਾਂ ਨੂੰ ਘਰ ਗਿਆ ਨਾ ਪੁੱਛੇ ਕਿ ਬੇਰ ਸਾਹਿਬ ਗਏ ਸੀ ਅਤੇ ਕਵੀ ਦਰਬਾਰ ਰਾਤ ਸਾਰੀ ਰਾਤ ਹੋਇਆ ਅਤੇ ਕਥਾ ਪ੍ਰਚਾਰ ਹੋਇਆ, ਕਿਹੜਾ ਪ੍ਰਸੰਗ ਸੀ, ਕਿਹੜੀ ਸਾਖੀ, ਕਿਹੜਾ ਦ੍ਰਿਸ਼ਟਾਂਤ ਸੀ, ਉਹਦੇ ਨਾਲ ਤਾਂ ਆਪਣਾ ਮਤਲਬ ਹੀ ਕੋਈ ਨਹੀਂ। ਸੋਏ ਸੁਭਾਅ ਉਸਦੇ ਆਓ ਸੱਚੇ ਪਾਤਸ਼ਾਹ ਜੀ ਨੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਕਲ ਕਾਰਨ ਗੁਰ ਨਾਨਕ ਆਇਆ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਜਿਉਂ ਕਰ ਸੁਵੀਰ ਨਿਕਲਿਆ ਤਾਰੇ ਛੱਪੇ ਅੰਧੇਰ ਭਰੋਹਾ ਸਿੰਘ ਬੁਕੇ ਮਿਰਗਾਵਲੀ ਕੰਨੇ ਜਾਇਨ ਧੀਰ ਧਰੋਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋ ਸਿਹਤ ਆਸਣ ਸਭ ਜਗ ਦੇ ਨਾਨਕ ਆਦਮ ਤੇ ਜੈ ਗੋਆ ਘਰ ਘਰ ਅੰਦਰ ਧਰਮ ਸਾਲ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਹਾ ਗੁਰਮੁਖ ਕਲ ਵਿੱਚ ਪ੍ਰਗਟ ਹੋ। ਭਾਈ ਗੁਰਦਾਸ ਕਹਿੰਦੇ ਵੀ ਚਾਰ ਚੱਕਾਂ ਦੇ ਲੋਕ ਜਿਹੜੇ ਸੀ ਨਾ ਬਾਬੇ ਨਾਨਕ ਨੇ ਧਾਰ ਦਿੱਤੇ, ਉਹਨੇ ਤਾਂ ਤਾਰੇ ਸੀ ਪਰ ਅਸੀਂ ਨਹੀਂ ਧਰਨਾ, ਅਸੀਂ ਤਾਂ ਡੁੱਬਣਾ ਹੈ ਕਿਉਂਕਿ ਪਾਪ ਪੱਥਰ ਤਰਨ ਨਾ ਜਾਣ, ਪਾਪਾਂ ਰੂਪੀ ਪੱਥਰਾਂ ਦੇ ਭਾਰ ਬੰਨੇ ਹੋਏ ਆ, ਤਰਨਾ ਨਹੀਂ ਡੁੱਬਣਾ। ਜੇ ਤਾਂ ਤਰਨ ਵਾਲੀ ਗੱਲ ਹੋਵੇ ਨਾ, ਇਹ ਤਾਂ ਆ ਕੇ ਕੋਈ ਭਜਨ ਕਰੇ, ਕੋਈ ਸੇਵਾ ਕਰੇ, ਕੋਈ ਬਾਣੀ ਪੜ੍ਹੇ, ਪ੍ਰਭਾਤ ਫੇਰੀਆਂ ਉਹ ਵੀ ਹੁੰਦਾ, ਅੱਜ ਫਲਾਣੇ ਦੇ ਨਿੰਦਾ, ਉਹਨਾਂ ਦੇ ਜਲੇਬੀਆਂ, ਫਲਾਣੇ ਦੇ ਪਕੌੜੇ, ਉਹ ਪ੍ਰਭਾਤ ਫੇਰੀ 'ਚ ਵੀ ਹਾਏ ਕੰਮਾਂ ਦਾ, ਨਗਰ ਕੀਰਤਨਾਂ 'ਚ ਵੀ ਮੋੜ ਮੋੜ 'ਤੇ ਲੰਗਰ ਲਾਏ ਹੁੰਦੇ ਅਤੇ ਬਸ ਬੈਰੀਅਰ ਲਾ ਲਾ ਕੇ ਰੋਕ ਰੋਕ ਕੇ ਉਹ ਵੀ ਨਾਸੀ ਧੂੰਆਂ ਪੂਰਾ ਕੱਢਿਆ ਹੁੰਦਾ। ਅਤੇ ਉੱਥੇ ਸਤਨਾਮ ਵਾਹਿਗੁਰੂ ਕਹਿਣ ਜਪਣਾ, ਸਾਹ ਤਾਂ ਬਹੁਤ ਔਖਾ ਆਉਂਦਾ ਹੁੰਦਾ ਅਤੇ ਫਿਰ ਉੱਥੇ ਭਜਨ ਕਹਿਣ ਕਰਨ, ਇਹ ਸਾਡੀ ਹਾਲਤ ਆ। ਹੁਣ ਤੁਸੀਂ ਆਉਂਦੇ ਨਗਰ ਕੀਰਤਨ ਆ, ਭਾਵੇਂ ਗੁਰਦੁਆਰੇ ਕਥਾ ਹੋਵੇ, ਉਹ ਕਹਿੰਦੇ ਕਥਾ ਬੰਦ ਕਰ ਦਿਓ, ਜਿਹੜਾ ਅਸੀਂ ਬੋਲਦੇ ਉਹ ਸਾਡਾ ਸੁਣ ਅਤੇ ਬਾਕੀ ਸਪੀਕਰ ਵਾਲਿਆਂ ਨੇ ਵੀ ਪੂਰੀ ਛਿੰਝ ਪਾਈ ਹੁੰਦੀ ਹੈ, ਕੋਈ ਨਾ ਤਾਂ ਬਹਿ ਕੇ ਭਜਨ ਕਰ ਸਕਦਾ।
ना नितनेम कर सकता। कहिंदे जिहड़ा असीं नितनेम करदे उह सुणो ते जिहड़ा गुरसिखां नूं महाराज ने कहा वी एकांत विच बह के अमृत वेले करो कोई नाम अभ्यास करो ते जिथे इन्ना जोर शराबा होगा उत्थे दसो कोई भजन किवें करो। जिहड़े गोरे आ उहनां नूं तां गल समझ आ गई, आपां नूं नहीं आई। 554 साल हो गए वलैतां चले जाओ, चाहे मसीत आ चाहे गिरजा आ चाहे गुरद्वारा चाहे कोई होर आ, लैथा आवाज़ बाहर चल जाए। किसी ने कोई है कोई बॉदरेशन उन्हें हर गल ते कंट्रोल किया। इत्थे जो दुनिया के पुठे काम है वह असी सीख लाया ते महाराज ने तो बहुत कृपा की। 554 साल सानू हाले बहना उठना नहीं आया कि गुरुद्वारे जाना किवें। मारन तक ये गुरुद्वारे हुए सोझी पाए सी, एत द्वारे धोए अच्छा हुए सी, मैले अच्छे का विचार आप वरताए सी, मत को जाने जाए गए पाए सी, जेहे कर्म कमाए तेहा हुए सी, चलिया पत सो जन्म सवार बाजा पाए सी, और नानक आप निहाल सब कुल उतार सी गया सी। क्या आवाजा सुनते न कोई बोलन का है चाज इन्हों कोई अदे वाला ओए ओए हो रही जिमें डंगर घूमते ना कोई मनुष्यता वाली गल है। गुरुद्वारे आके तो कोई सत्कार ना बोलना सुख सीख लो ना, तो बुढ़े बुढ़ी ने सिखा लिया ना स्कूलों के टीचर ने सिखा लिया, इतने सीखना नहीं क्योंकि जिते इतने बह जाना संगत कोई कथा वार्ता सुन कोई इतिहास सुन ये तो सोझी आ जाए संगत बहना नहीं। तो जिस तरह के आए सी ना कि उस तरह के चले जाते। वो कहानी तो बहरली है कि जलाया का टब्बर से एक जलाह दूदे घर वाली एक उदा मुंडा सी, शिव जी की पूजा की खुश हो गए। कहिंदे मंगो की मंगदे आ, वो कहिंदे बीबिया दीआं मंगां ज़्यादा होंदियां, इह बीबी नूं पुछ लो। उन्हूं पुछया की चाहुंदी, आखे जी मैं 16 साल की लड़की बन जावां ते 16 प्रकार के शिंगार हो जाण, इवें किवें हो गया। वो राजकुमार आया, वो कहिंदे आह लड़की राजकुमारी बैठी है, वो घोड़े की पिठ से बिछाया तो लै तुरिया। फिर नंबर आ गया हाँ जी घर वाले का, जिले वह आया कहिंदे मंग लिया, कहिंदे साढ़े तो रोटियां पकाने वाली भी गई, चंगा बर मंगया। कहिंदे हाँ जी जिहड़ी घर वाली है वो सूरी बन गया, वो जिले सूरी बन के लगी को रुकर करन, वो राजकुमार ने दलत मारी, पता मैं बला कितों सेट गई। ये तीद आ गया कि मेरी माँ वह जी बन जाए जिहो जी पहले सी, देवता प्रगट होया जिहो जिहा गए सी ना वह जी बरंग चिट्ठी आ गई, साडा हाल भी उहो ही होया। पर महाराज बाणी की कहिंदी, प्राणी तू आयो लाहा लैण, लगा कित को फकड़े सब मुकदी चली रैण। क्यों रागी अपना सेवा करके चल गए, ज्ञानी जी मेरे नाल बैठे ये भी रोज़ कथा वार्ता करते, इन्हें भी ड्यूटी करके चल जाना, कवि भी अपना सुना के चल गए, पर असी अपनी बीन बजाने सानूं दूजे दी सुनने की लोड़। तो जे कोई सुन ले बैठा ना आपां इन्ना तंबचड़ पाउणा उन्हां नूं भी सुन देना। वो जिवें एक बस वाला जांदा सी पठानकोट, एक बीबी खड़ गई बच्चा कोल सी और रोंदा सी, उन हाथ दिता उहदे मन च दया आई पई बच्चे वाली बीबी है शायद बस चढ़ना हो गए। तो जिधर ड्राइवर की सीट सी उधर खड़ी सी, ड्राइवर ने बस रोकी भी बीबा जी उधर आओ ते बस च बह जाओ। कहिंदे जी मैं बस च नहीं बहना, ते तू कल खड़ी है। कहिंदे मेरा बच्चा रोंदा सी आ भूंकू सुना जाओ, फौरन बजा के सुना दे, असी तो भूंकू सुनना हो कथा सुन थोड़ी आए। आ सिलमा होवे रेडियो सिंगर आई होवे टिकट लैने रुपये भी खर्चने उत्थे बह जाने, पर गुरु घर नहीं बहना।
अब महापुरशां ने किन्नी मेहनत करके एडा हाल बनाया, तो सेवादार ने है किन्ने दिनों के लगे हुए तैयारी कर, असी जड़ा मुल पाने वो थोड़े सामने, ये तो साड़ा हाल बनया। उन्हां दी सेवा का कोई मुल पाया, आए हैं गुरु नानक साहब सच्चे पातशाह का गुरपुर मनाउण, कुछ तो बराजे हुए सुते हुए तो गल्लां करदे, साडा राज हो जाए। इहो जिहे बंदिआं नाल राज करना, जिन्हें राज कीता ना महाराज रणजीत सिंह, पंज पुश्तां ने धन गुरु नानक साहब दे घर की सेवा की है। पहला बुढ़ा सिंह बुद्ध सिंह जी उहदा नाम है, फिर आ गया चढ़त सिंह, फिर आ गया नौद सिंह चढ़त सिंह, फिर आ गया महा सिंह, फिर महाराजा रणजीत सिंह। पांच फुट तीन इंच लंबा उहदा कद सी, एक अख चीचक की बीमारी न चल गई सी, ते बाबा साहब बेदी की कृपा का पात्र बन गया और उन्होंने राज किया। ना भी रणजीत सी ते हारिया नहीं जिंदगी, सदहू कमर कसी तेरी देखी, कबू ना सुस्ती मुख पर पेखी। सुस्तपना तो देखा ही नहीं, तो जड़े दरे खैबर तो रोज़ आ के हमले करते सी ना, तो मूँह बंद कर गया, मुड़ के नहीं दरा खैबर खुलिया, यह जहा बंद करके गया। तो गल्लां असीं बहुत बड़बड़ियां करते हैं, जिकारे भी छड़ दिंदे, पर गल डिसिपलिन है। जे असीं चार जने मत्था टेकन तुरे हैं ना, चौहान ने इकट्ठे नहीं जाना, पता नहीं लगता दुआ किधर गया, कोई अनुशासन नहीं, कोई जथेबंदी नहीं, कोई किसी के हुक्म च नहीं, बस इस तरह ही इत्थे आके गुआचे फिरते हैं। कोई तो बीबी नूं लाइदा फिरदा, बीबी बीबे नूं लाइदी फिरदी, कोई बच्चियां नूं लगदा फिरदा। आ हाल नूं हां जी एक कबड्डी का ग्राउंड बनाया इन्हां लोकां, कोई भै नहीं, कोई अदब नहीं, कोई सत्कार नहीं। हुण मैं बोलांगा इन्नी छेती तुहानू सिख्या आउणी नहीं, ते जिहड़ा इन्ने सालां दा बिगड़िया आ उह इन्नी छेती कितों सुधर जूगा। पर जिहड़े बैठे आ इन्हां दा धन्नवाद करदे आ, इन्हां नूं लाहा लै लैण दिओ, इन्हां नूं खराब ना करो। जिहड़े सत्संगी बंदे सो आओ, सतगुर सच्चे पातशाह ने 15 साल श्री ननकाणा साहब की धरती चरण पाए, फिर इत्थे आए और किन्नी कृपा की। पर उस वेले भी कईयां दा जोर निंदिया ते लग्या रहा, बिरले बंदे सी बेबे नानकी जिन्हें पछाणिया, दौलत खां लोधी नूं भी सोझी फिर आए, राय बलार नूं सोझी आ गई सी, तुलसां दासी और दौलतां दाई श्री बाला ते श्री मरदाना जी। ते हुण तां कईआं नूं भाई बाले ते एलर्जी बहुत हुंदी है कि भाई बाला होया ही नहीं, कि भाई बाले ने तुहाडा किहड़ा खेत मल्लिया आ, जां कोई बैंक बैलेंस विच भाई बाले ने तुहाडी हिस्सापाती वडाउणी है, उदों की तकलीफ है। कहिंदे भाई गुरदास जी ने नाम नहीं लिखिया, भाई गुरदास जी ने अपनी पौड़ी च 13 सिखां दे नाम लिखे आ, कि गुरु नानक साहब दे 13 ही सिख सी। उह तां दिव्य दृष्टि पाउंदे सी, करोड़ां दे जीवन पलट दिंदे सी, बेअंतां दे उहनां दी दृष्टि विच इन्नी ताकत सी। गुरमुख कोट आधारदा दे नावै इक कणी, जिदण 22 मंजियां धन गुरु अमरदास जी ने थापियां ना, भाई गुरदास उस वेले महाराज नूं चौर करते सी, गोंदवाल जाके फोटो देख आयो, सोने की बनी हुई है, 22 मंजियां दित्तियां, एक मंजी मिली है सुल्तानपुर नूं, इत्थे दे उन्हां महापुरखां दा नाम सी बाबा महेच्छा जी, ते महेच्छे दा नाम नहीं लिखिया 12 च, हालांकि भाई गुरदास मौजूद सी, आप चौर कर रहे सी महाराज नूं, ते जाके गोइंदवाल पढ़िया हो, फटे दे भी नाम लिखे श्रोमणी कमेटी ने जुदे, ते जड़ा सोने दियां फोटो बनिया
ਉਹ 22 ਮੰਜੀਆਂ ਜੜੀਆਂ ਉਹਨਾਂ ਦੇ ਵਿੱਚ ਉਤਰੇ, ਉਹਨਾਂ ਦੇ ਨਾਂ ਲਿਖੇ। ਉੱਥੇ ਲਿਖਿਆ ਕਿ ਬਾਬੇ ਮੇਸ਼ੇ ਦਾ ਨਾਂ ਹੈਗਾ ਭਾਈ ਗੁਰਦਾਸ, ਮੌਜੂਦ ਮੌਕੇ 'ਤੇ ਬੈਠੇ ਆ, ਉਹਨਾਂ ਦੀ ਹਾਜ਼ਰੀ ਵਿੱਚ 22 ਮੰਜੀਆਂ ਪ੍ਰਚਾਰ ਦੀਆਂ ਥਾਪੀਆਂ। ਅਤੇ ਭਾਈ ਗੁਰਦਾਸ ਨੇ ਬਾਬੇ ਮੇਸ਼ੇ ਦਾ ਨਾਂ ਨਹੀਂ ਲਿਖਿਆ ਸੁਲਤਾਨਪੁਰ ਦਾ, ਅਤੇ ਜੇ ਨਾਂ ਨਹੀਂ ਲਿਖ ਹੋਇਆ ਤਾਂ ਮਤਲਬ ਮੇਸ਼ਾ ਹੋਇਆ ਹੀ ਨਹੀਂ। ਮੇਸ਼ੇ ਦੀ ਔਲਾਦ ਇੱਥੇ ਰਹਿੰਦੀ ਹੈ, ਉਹਨਾਂ ਦੀ ਔਲਾਦ ਨੂੰ ਮਹਾਰਾਜ ਨੇ ਸੋਟਾ ਬਖਸ਼ਿਆ ਹੋਇਆ, ਉਹਨਾਂ ਦੇ ਘਰ ਹੈਗਾ, ਜੋੜਾ ਵੀ ਹੈਗਾ, ਅਤੇ ਜਿੰਨੇ ਸਰੋਪੇ ਮਿਲਦੇ ਹੁਣ ਤੱਕ ਉਹ ਵੀ ਪੰਡਾ ਉਹਨਾਂ ਦੇ ਘਰ ਪਈਆਂ, ਹਾਲੇ ਵੀ ਸਰੋਪੇ ਮਿਲਦੇ ਉਹਨਾਂ ਨੂੰ। ਉੱਥੇ ਜਾਂਦੇ ਉਹ ਸਾਰੇ ਗੁਰੂ ਅਮਰਦਾਸ ਜੀ ਨੂੰ ਮੰਨਦੇ ਆ, ਹੈਗੇ ਧੀਰ ਖੱਤਰੀ ਆ, ਮੰਨਦੇ ਸਾਰੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ। ਹੁਣ ਆਪਣੇ ਕੋਲ ਵੀ ਇੱਕ ਭਚੰਗੀ ਆ ਗਿਆ ਉਸ ਪਰਿਵਾਰ 'ਚੋਂ, ਵਿੱਦਿਆ ਪੜ੍ਹਦਾ ਉਹ ਅੰਮ੍ਰਿਤ ਛਕ ਲਿਆ। ਕਹਿਣ ਤੋਂ ਭਾਵ ਜੇ ਨਾਂ ਨਹੀਂ ਲਿਖ ਹੋਇਆ ਤਾਂ ਇਹਦਾ ਮਤਲਬ ਭਾਈ ਬਾਲਾ ਹੋਇਆ ਹੀ ਨਹੀਂ। ਅਤੇ ਨਨਕਾਣਾ ਸਾਹਿਬ ਦਰਸ਼ਨ ਕਰਿਆ, ਉਹ ਭਾਈ ਬਾਲੇ ਦੇ ਪਿਤਾ ਦਾ ਖੂਹ ਹੈਗਾ, ਪਿਤਾ ਦਾ ਨਾਂ ਚੰਦਰ ਭਾਨ ਸੀ। ਮਾਲ ਮਹਿਕਮੇ ਦੇ ਕਾਗਜ਼ ਫਰੋਲ ਕੇ ਦੇ ਲਿਓ। ਫਿਰ ਜਦੋਂ ਸ਼੍ਰੀ ਖਡੂਰ ਸਾਹਿਬ ਆਏ ਆ, ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਕਿ ਭਾਈ ਬਾਲਾ ਜੀ ਤੁਸੀਂ ਮਹਾਰਾਜ ਦੇ ਨਾਲ ਰਹੇ ਹਾਂ, ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਾਓ। ਮਹਾਰਾਜ ਦੀ ਜਨਮ ਤਿਥੀ ਅਤੇ ਮਹਿਤਾ ਕਲਿਆਣ ਚੰਦਰ ਜੀ ਸਮਾਗਮ ਸੀ, ਉਹਨਾਂ ਦੇ ਭਰਾ ਬਾਪੂ ਬਾਬਾ ਲਾਲ ਚੰਦ ਸੀ। ਉਹ ਕਹਿੰਦੇ ਮੈਂ ਤਾਂ ਬਿਰਦਿਆਂ ਪਟਵਾਰ ਦੇ ਕਾਗਜ਼ ਪਏ ਆ ਫਰੋਲ, 7 ਦਿਨ ਲੱਜਦੇ ਰਹੇ, 7 ਦਿਨਾਂ ਤੋਂ ਬਾਅਦ ਮਹਾਰਾਜ ਦੀ ਉਹ ਜਨਮ ਕੁੰਡਲੀ ਜਨਮ ਪੱਤਰਾ ਲੱਜਿਆ ਸੀ ਸਹੀ ਡੇਟ ਲੈਣ, ਇਹ ਲੈ ਕੇ ਆਏ। ਅਤੇ ਮਹਾਰਾਜ ਫਿਰ ਆਪ ਸਰੋਤੇ ਬਣ ਕੇ ਬਾਬਾ ਬੁੱਢਾ ਆਦਿਕ ਧੰਨ ਗੁਰੂ ਨਾਨਕ ਸਾਹਿਬ ਕਥਾ ਸੁਣਦੇ ਸੀ, ਅਤੇ ਧੰਨ ਗੁਰੂ ਅੰਗਦ ਸਾਹਿਬ ਇਹਨੂੰ ਸਮਾਧੀ 'ਚ ਬਹਿ ਜਾਂਦੇ ਸੀ। ਇਹ ਕਹਿਣਾ ਭਾਈ ਬਾਲਾ ਜੀ ਇਹ ਸਾਰਾ ਅੰਮ੍ਰਿਤ ਤੁਹਾਡੇ ਵੰਡੇ ਹੀ ਆਇਆ, ਗਾਹ ਕੀ ਕੌਤ ਕੀਤਾ ਸਾਹਿਬ ਨੇ। ਉਹਨੇ ਫਿਰ ਸੁਣੋ ਉਹ ਭਾਈ ਬਾਲਾ ਜੀ ਦੀ ਸਾਰੀ ਸੁਣਾਈ ਹੋਈ ਕਥਾ। ਸ਼੍ਰੀ ਮਰਦਾਨਾ ਜੀ ਤਾਂ ਪਹਿਲਾਂ ਸਮਾਗਮ ਸੀ ਕੁਰਮ ਸ਼ਹਿਰ ਅਰਬ ਦੇ, ਅਤੇ ਭਾਈ ਬਾਲਾ ਜੀ 96 ਸਾਲ ਦੀ ਉਮਰ 'ਚ ਗੋਇੰਦੋ ਆਪਣੇ ਖਡੂਰ ਸਾਹਿਬ ਸਮਾਏ ਹੈ, ਉੱਥੇ ਉਹਨਾਂ ਦੀ ਸਮਾਧੀ ਵੀ ਹੈਗੀ ਹੈ। ਅਤੇ ਫਿਰ ਦੱਸੋ ਸਾਡਾ ਕੋਈ ਦਾਦਾ ਪੜਦਾਦਾ ਸੀ ਜਿਹਨੇ ਕਥਾ ਸੁਣਾਈ ਗੁਰੂ ਨਾਨਕ ਸਾਹਿਬ ਦੀ ਗੁਰੂ ਅੰਗਦ ਸਾਹਿਬ ਨੂੰ, ਅਤੇ ਜਿਹੜਾ ਨਾਲ ਰਿਹਾ ਸੀ ਉਹੀ ਕਥਾ ਸੁਣਾ ਸਕਦਾ ਸੀ। ਅਤੇ ਜਿਹੜੇ ਕਹਿੰਦੇ ਭਾਈ ਬਾਲਾ ਨਹੀਂ ਹੋਇਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਕੋਈ ਬੁੜਾ ਸੀ ਜਿਹੜਾ ਮਹਾਰਾਜ ਦੇ ਨਾਲ ਜਿਹਨੇ ਕਥਾ ਸੁਣਾਈ, ਉਸੇ ਕਥਾ ਤੋਂ ਨਾਨਕ ਪ੍ਰਕਾਸ਼ ਦੀਆਂ ਸਾਖੀਆਂ ਲਈਆਂ, ਹੋਰ ਗ੍ਰੰਥਾਂ ਨੇ ਵੀ ਉੱਥੋਂ ਇਤਿਹਾਸ ਲਿਆ ਸਾਰਾ। ਕਹਿਣ ਤੋਂ ਮਤਲਬ ਕਈਆਂ ਨੂੰ ਪਤਾ ਨਹੀਂ ਕੀ ਇਹ ਬਿਮਾਰੀ ਪੈ ਗਈ ਹੈ, ਕੋਈ ਨਵਾਂ ਛੋਛਾ ਛੱਡਣਾ ਪਿਆ, ਅਸੀਂ ਸ਼ਾਇਦ ਜ਼ਿਆਦਾ ਵਿਦਵਾਨ ਬਣ ਜਾਂਗੇ। ਅਤੇ ਜਿੱਥੇ ਦਰਬਾਰ ਸਾਹਿਬ ਚਲ ਜਾਓ, ਬਾਬੇ ਅਟਲ ਦੇ ਚਲ ਜਾਓ, ਹੋਰ ਪੁਰਾਣੇ ਗੁਰੂ ਘਰਾਂ ਚਲ ਜਾਓ, ਸੋਨੇ ਦੇ ਚਿੱਤਰ ਬਣੇ ਹੋਏ ਆ ਪੁਰਾਣੇ, ਉੱਥੇ ਭਾਈ ਬਾਲਾ ਅਤੇ ਮਰਦਾਨਾ ਮਹਾਰਾਜ ਦੇ ਨਾਲ ਬੈਠੇ ਹੋਏ। ਅਤੇ ਫਿਰ ਬਾਲਾ ਕਿੱਥੋਂ ਆ ਗਿਆ, ਮਤਲਬ ਕੋਈ ਨਾ ਕੋਈ ਛੋਛਾ ਛੱਡਣਾ, ਫਿਰ ਸਾਨੂੰ ਸਿੱਖਾਂ ਨੂੰ ਟੇਕ ਕੇ ਬਹਿਣ ਨਹੀਂ ਦੇਣਾ, ਕੋਈ ਨਵਾਂ ਵਿਵਾਦ ਛੇੜ ਹੀ ਰੱਖਣਾ, ਕਦੀ ਬਾਣੀ 'ਤੇ ਤਰ ਕਰੀ ਜਾਣੀ, ਕਦੀ ਇਤਿਹਾਸ 'ਤੇ ਕਰੀ ਜਾਣੀ, ਕੋਈ ਨਾ ਕੋਈ ਕਿੰਤੂ ਪਰੰਤੂ, ਇਹ ਬੇਰੀ ਨੂੰ ਨਾ ਮੰਨੋ ਜੀ, ਨਿਸ਼ਾਨ ਨੂੰ ਮੱਥੇ ਨਾ ਟੇਕੋ ਜੀ, ਇਹ ਹੋਰ ਮੱਥੇ ਹੁਣ ਕਿਹਨੂੰ ਟੇਕੀਏ, ਬੇਰੀਆਂ ਤਾਂ ਬਹੁਤ ਆ ਪਿੰਡਾਂ 'ਚ, ਕੋਈ ਟੇਕਦਾ ਮੱਥੇ, ਇਹ ਗੁਰੂ ਨਾਨਕ ਸਾਹਿਬ ਦੇ ਮੁੱਖ ਮਾਂਝਣੇ ਤੋਂ ਪੈਦਾ ਹੋਈ ਹੈ, ਇਹਦਾ ਨਾਮ ਹੈ ਸ਼੍ਰੀ ਬੇਰ ਸਾਹਿਬ। ਅਤੇ ਜੇ ਬੇਰੀ ਨਾ ਹੁੰਦੀ ਤਾਂ ਫਿਰ ਗੁਰਦੁਆਰੇ ਦਾ ਨਾਮ ਬੇਰ ਸਾਹਿਬ ਕਿਵੇਂ ਹੋ ਗਿਆ। ਹੁਣ ਸ਼੍ਰੀ ਅਕਾਲ ਤਖਤ ਦੇ ਸਾਹਮਣੇ ਇਮਲੀ ਦਾ ਦਰਖਤ ਸੀ, ਜਦੋਂ ਅਟੈਕ ਹੋਇਆ ਉਹ ਦਰਖਤ ਜਿਹੜਾ ਸੀ ਖੰਡਨ ਹੋ ਗਿਆ, ਉੱਥੇ ਦੁਬਾਰਾ ਲਾਇਆ ਕਿ ਨਹੀਂ। ਅਤੇ ਜਿੱਥੇ ਫਿਰ ਦਰਸ਼ਨੀ ਦੁਆਰ ਹੈ ਉੱਥੇ ਵੀ ਬੇਰ ਆ, ਜਿੱਥੇ ਸੁੱਖਾ ਸਿੰਘ ਮਹਤਾਬ ਸਿੰਘ ਗਏ ਸੀ ਅੰਦਰ ਮੱਸੇ ਰੰਗ ਨੂੰ ਸੋਧਣ, ਅਤੇ ਕਹੀ ਦਾ ਇਹ ਬੇਰੀ ਹੈ। ਫਿਰ ਉੱਧਰ ਪਰਲੇ ਪਾਸੇ ਬਾਬਾ ਬੁੱਢਾ ਸਾਹਿਬ ਦੀ ਬੇਰੀ ਵੀ ਹੈ, ਅਤੇ ਜਿੱਥੇ ਦੁੱਖ ਭੰਜਣੀ ਰਜਨੀ ਦਾ ਪਤੀ ਕੋੜਾ ਕੋੜੀ ਰਾਜੀ ਹੋਇਆ, ਉੱਥੇ ਵੀ ਬੇਰ ਸਾਹਿਬ ਹੈਗੀ ਹੈ। ਪਤਾ ਨਹੀਂ ਇਹਨਾਂ ਨੂੰ ਕੀ ਐਲਰਜੀ ਹੈ ਇਹਨਾਂ ਗੱਲਾਂ ਤੋਂ। ਸੋ ਕਹਿਣ ਤੋਂ ਭਾਵ ਸੱਚੇ ਪਾਤਸ਼ਾਹ ਫਿਰ ਪਿੱਪਲ ਦਾ ਦਰਖਤ ਆ ਬਾਠ ਸਾਹਿਬ ਚੱਲ ਜਾਓ। ਭਾਈ ਕਮਲੀਆ ਜੀ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਨੂੰ
ਕਿ ਮਾਰੇ ਨੂੰ ਤੱਤੀ ਤਵੀ 'ਤੇ ਬਹਾਲਿਆ ਤਾਂ ਹਲੇ ਮੋਢੇ ਡਾਏ ਹੋਏ ਅੱਗ ਬਾਲੀ ਹੈ। ਬਾਬਾ ਸ਼੍ਰੀ ਚੰਦ ਕਹਿੰਦੇ ਵੀ ਅੱਗ ਖਿੱਚ ਲੈਂਦੇ ਹਾਂ, ਪਿੱਪਲ 'ਚੋਂ ਲਾਟਾਂ ਨਿਕਲੀਆਂ, ਅੱਧਾ ਸੜਿਆ ਅਤੇ ਅੱਧਾ ਹਰਾਇਆ, ਜਦ ਮਰਜ਼ੀ ਦੇਖ ਆਇਆ ਜਾ ਕੇ। ਬਾਰਠ ਸਾਹਿਬ ਪਰਕਾਰ ਸਿੰਘ ਵਾਲਿਆਂ ਨੂੰ ਬੇਨਤੀ ਕਰਦੇ ਹਾਂ, ਇਹ ਨਿਸ਼ਾਨੀਆਂ ਖਤਮ ਨਾ ਕਰ ਦਿਓ। ਸੋ ਸੱਚੇ ਪਾਤਸ਼ਾਹ ਨੇ ਇੱਥੇ ਕਿੰਨੇ ਕੌਤਕ ਕੀਤੇ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਸ ਨਗਰ 'ਚ ਆਰੰਭ ਕੀਤਾ। ਸੰਤ ਘਾਟ ਗੁਰਦੁਆਰਾ ਮੂਲ ਮੰਤਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਦੋਂ ਫਿਰ ਸੱਚਖੰਡ ਗਏ ਕਹਿਣ ਲੱਗੇ ਨਾਨਕ ਤਪੇ, ਅੱਗੇ ਬਹੁਤ ਪੀਰ ਪੈਗੰਬਰ ਅਵਤਾਰ ਭੇਜੇ ਆ, ਆਪੋ ਆਪਣਾ ਜਾਂ ਆਪਣੀ ਜਨਾਨੀ ਦਾ ਨਾਮ ਜਪਾਉਂਦੇ ਰਹੇ, ਅਤੇ ਤੁਸੀਂ ਨਾਮ ਕਿਵੇਂ ਜਪਾਇਆ? ਇਹ ਮਹਾਰਾਜ ਨੇ ਇਹ ਬਚਨ ਮਹਾਰਾਜ ਨੇ ਕਹੇ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹੁਣ ਸਾਨੂੰ ਇਸ ਮੰਤਰ 'ਤੇ ਯਕੀਨ ਨਹੀਂ। ਹੁਣ ਕੋਈ ਕਹਿੰਦਾ ਮੈਂ ਫਲਾਨੇ ਥਾਂ 'ਤੇ ਨਾਮ ਲਿਆ, ਫਲਾਨੇ ਥਾਂ 'ਤੇ ਨਾਮ ਲਿਆ, ਅਤੇ ਜਿਹੜਾ ਬਾਬਾ ਨਾਨਕ ਨੇ ਨਾਮ ਦਿੱਤਾ ਲਿਆ ਕਿ ਸੱਚਖੰਡ ਤੋਂ, ਉਹ ਹੁਣ ਸਾਨੂੰ ਪਸੰਦ ਨਹੀਂ। ਹੁਣ ਕਹਿੰਦੇ ਵੀ ਇਹਦੇ 'ਚ ਕੋਈ ਤਾਕਤ ਨਹੀਂ ਰਹਿ ਗਈ। ਜਿਹੜਾ ਕੰਨਾ ਪਾਟੀ ਕੁਰ ਕਰੇ ਨਾ, ਉਸ ਮੰਤਰ 'ਚ ਸ਼ਕਤੀ ਹੈ। ਗੱਜ ਕੇ ਬੋਲੋ ਵਾਹਿਗੁਰੂ। ਕਿੱਧਰ ਤੁਰ ਪਏ? ਯਕੀਨ ਨਹੀਂ ਰਹਿ ਗਏ। ਪਰ ਜਿਨ੍ਹਾਂ ਨੇ ਇਸ ਨਾਮ ਦੀ ਕਮਾਈ ਕੀਤੀ ਨਾ, ਬਾਬਾ ਸੁੰਦਰ ਸਿੰਘ ਜੀ ਮਹਾਰਾਜ ਭਿੰਡਰਾਂ ਵਾਲੇ ਕਹਿੰਦੇ ਸੀ, ਇਹ ਜਿਹੜਾ ਸ਼ਬਦ ਹੈ ਨਾ, ਇਹਦੀ 108 ਮਾਲਾ ਲਗਾਤਾਰ ਇੱਕ ਸਾਲ ਫੇਰ ਲਵੇ, ਨਿਯਮਬੱਧ ਜਤ ਸਾ ਧਾਰ ਕੇ ਕਰੈਤਾਂ ਤੋਂ ਬਚ ਕੇ ਰਹਿਤਾਂ 'ਚ ਪਰਪੱਕ ਹੋ ਕੇ, ਕਹਿੰਦੇ ਅਸੀਂ ਜਾਮਨੇ ਹਾਂ ਕਿ ਜੇ ਧੰਨ ਗੁਰੂ ਨਾਨਕ ਸਾਹਿਬ ਤੁਹਾਨੂੰ ਦਰਸ਼ਨ ਨਾ ਦੇਣ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੱਲ ਤਾਂ ਇਹੀ ਹੈ, ਜਪਣਾ ਬਹੁਤ ਔਖਾ ਨਾ, ਆਖਣ ਔਖਾ ਸਾਚਾ ਸਾਚਾ ਨਾਉ ਨਾਉ। ਪਰ ਸੱਚੇ ਪਾਤਸ਼ਾਹ ਜਿਲੇ ਆਏ, ਮਾਤਾ ਜੀ ਕਿੰਨੇ ਪ੍ਰਕਾਰ ਦੇ ਪਦਾਰਥ ਲਿਆਏ ਸੀ ਨਾ, ਸਭ ਮਿੱਠਿਆ ਮਨੀਆਂ ਸੁਣੀਆਂ ਸਾ ਲਾਉਣੇ, ਕਿ ਮਹਾਰਾਜ ਖੰਬੋਸ਼ ਬੈਠੇ ਰਹਿੰਦੇ ਸੀ, ਅਤੇ ਸ਼੍ਰੀ ਮਾਤਾ ਤ੍ਰਿਪਤਾ ਜੀ ਨੇ ਜਾਣਾ ਪਦਾਰਥ ਲੈ ਕੇ, ਬੋਲਣਾ ਨਹੀਂ ਅਤੇ ਕਹਿਣਾ, ਕਿਉਂਕਿ ਇਹ ਤਾਂ ਮਾਤਾ ਹੀ ਕਹਿ ਸਕਦੀ ਨਾ, ਬੇ ਨਾਨਕ ਸਾਡੇ ਤਾਂ ਸਤਿਗੁਰੂ ਹੈ ਨਾ, ਪਰ ਇਹ ਮਾਤਾ ਦਾ ਹੀ ਹੁੰਦਾ ਬੇ ਨਾਨਕ, ਇਹ ਉਹਨਾਂ ਨੂੰ ਕਹੀਏ ਮਾਤਾ ਦਾ ਪਿਆਰ। ਕਹਿੰਦੇ ਬਚਨ ਕਰੋ, ਕਹਿੰਦੇ ਮਾਤਾ ਜੀ ਮੈਂ ਵਿਹਲਾ ਨਹੀਂ। ਕਹਿੰਦੇ ਕੀ ਕਰਦਾ? ਕਹਿੰਦੇ ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲੱਗੈ ਭੁੱਖ, ਉਹ ਤਾਂ ਭੁੱਖ ਹੈ ਖਾਏ ਚੱਲੀਏ ਦੁੱਖ, ਉਹ ਭੁੱਖ ਐਸੀ ਹੈ। ਜਦੋਂ ਉਹ ਪਦਾਰਥ ਖਾ ਲਿਆ ਨਾ ਨਾਮ ਰੂਪੀ, ਅਤੇ ਸਾਰੇ ਦੁੱਖ ਦੂਰ ਹੋ ਜਾਂਦੇ। ਧੰਨ ਗੁਰੂ ਨਾਨਕ ਪਾਤਸ਼ਾਹ ਗਏ ਸੀ ਮਲਤਾਨ 'ਚ, ਅਤੇ ਪੀਰ ਕਹਿੰਦੇ ਅਸੀਂ ਤਾਂ ਮੰਨਦੇ ਹਾਂ ਸਾਡੇ ਨਾਲ ਚਲੀਸਾ ਕੱਢੋ। ਉਹ ਜਿਹੜੇ ਪੀਰ ਚਲੀਸਾ ਕੱਢਦੇ, ਇਹਨਾਂ 'ਚ ਇੱਕ ਸਿਫ ਤੇ ਆਪਣੇ ਮੁਰਸ਼ਦ ਦਾ ਬਚਨ ਬਹੁਤ ਮੰਨਦੇ, ਉਹਦੀ ਕਮਾਈ ਬਹੁਤ ਕਰਦੇ ਆ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ। ਕਹਿੰਦੇ ਇੱਕ ਜੌਂ ਖਾ ਕੇ ਇੱਕ ਛਟਾਂ ਗੁਲਾਬ ਦਾ ਜਲ ਪੀ ਕੇ 40 ਦਿਨ ਭੋਰੇ 'ਚ ਖਾਣਾ ਤਾਂ ਮੰਨਾ। ਮਹਾਰਾਜ ਕਹਿੰਦੇ ਫਿਰ ਜੌਂ ਵੀ ਕੱਲ੍ਹ ਖਾਣਾ, ਗੁਲਾਬ ਦਾ ਪਾਣੀ ਵੀ ਕੱਲ੍ਹ ਪੀਣਾ, ਇਹ ਫਿਰ ਗੱਲ ਪੀਣਾ ਗੁਲਾਬਦਾਰ ਐਵੇਂ ਕਿਵੇਂ ਬੈਠੀਏ? ਅਤੇ ਬਹਿ ਗਏ, ਅਤੇ ਜਿਲੇ 40 ਦਿਨ ਨਿਕਲਦੇ ਪੀਰ ਵਿਚਾਰਾ ਮੁਰਦੇ ਵਾਂਗ ਹੋਇਆ। ਇੱਕ ਨੇ ਮੁੰਡੇ 'ਚ ਇੱਧਰ ਉਹਦੇ ਕੱਛਾਂ 'ਚ ਮੁੰਡਾ ਪਸਾਇਆ, ਦੂਏ ਨੂੰ ਦੂਏ ਤੂੰ ਚੁੱਕ ਕੇ ਲਿਆਉਣ, ਲੱਤਾਂ ਭਾਰਨਾ ਚੁੱਕਣ, ਅਤੇ ਗੁਰੂ ਨਾਨਕ ਸਾਹਿਬ ਜਿਵੇਂ ਬਬਰ ਸ਼ੇਰ ਆਉਂਦਾ ਹੁੰਦਾ ਭੁਗਤ ਮਾਰ, ਅਤੇ ਚਰਨੀ ਡਿੱਗ ਪਿਆ। ਅਤੇ ਜੇ ਮਹਾਰਾਜ ਦਾ ਕੋਈ ਆਸਰਾ ਲੈ ਲੈ ਨਾ, ਹੁਣ 8 ਮਹੀਨੇ ਅਨੰਦਪੁਰ ਘੇਰਾ ਪਿਆ ਸੀ। ਮਾਤਾ ਜੀ ਕਹਿੰਦੇ ਮਹਾਰਾਜ ਆਹ ਸਾਰਾ ਖਜ਼ਾਨਾ ਵੀ ਰੋੜ ਤਾਂ ਅੱਗ ਲਾ ਕੇ ਸਭ ਕੁਝ ਫੂਕ ਦਿੱਤਾ, ਇਹ ਸਿੱਖ ਹੈ। ਕਹਿੰਦੇ ਮਾਤਾ ਜੀ ਤੁਸੀਂ ਮੈਨੂੰ ਜ਼ਹਿਰ ਦੇ ਸਕਦੇ ਹੋ? ਕਹਿੰਦੇ ਨਹੀਂ। ਕਹਿੰਦੇ ਮੈਂ ਆਪਣੇ ਸਿੱਖਾਂ ਖਾਲਸੇ ਪੁੱਤਰ ਨੂੰ ਜ਼ਹਿਰ ਕਿਵੇਂ ਦੇ ਦੇ, ਇਹ ਸ਼ੁੱਧ ਕਰਕੇ ਦਿਆਂਗੇ। ਕਹਿੰਦੇ ਮੈਂ ਤਾਂ ਇਹਨਾਂ ਤੋਂ ਫਾਕੇ ਰਖਾ ਰਖਾ ਕੇ
ਇਹਨਾਂ ਦਾ ਮਨ ਸ਼ੁੱਧ ਕਰਕੇ ਇਹਨਾਂ ਨੂੰ ਬ੍ਰਹਮ ਗਿਆਨ ਦੇਣਾ ਸਾਰਿਆਂ ਨੂੰ। ਗੱਜ ਕੇ ਬੋਲੋ ਵਾਹਿਗੁਰੂ ਬ੍ਰਹਮ ਗਿਆਨ। ਅਤੇ ਜਿੰਨਿਆਂ ਨੇ ਮਹਾਰਾਜ ਦੇ ਨਾਲ ਸ਼ਹੀਦੀਆਂ ਪਾਈਆਂ, ਕੋਈ ਭਗਤ ਆ ਗਿਆ ਸਿੱਧੇ ਸੱਚਖੰਡ, ਸਿੱਧੇ ਸੱਚਖੰਡ ਗਏ ਉਹ। ਭਾਈ ਉਦੇ ਸਿੰਘ ਲੈ ਲਓ, ਬਚਿੱਤਰ ਸਿੰਘ ਲੈ ਲਓ, ਆਲਮ ਸਿੰਘ ਲੈ ਲਓ, ਚਾਰੇ ਸਾਹਿਬਜ਼ਾਦੇ ਲੈ ਲਓ, ਪੰਜੇ ਪਿਆਰੇ, 40 ਮੁਕਤੇ ਲੈ ਲਓ। ਅਤੇ ਜਿਹੜੇ ਹੁਣ ਮੁਕਤਸਰ ਮਾਤਾ ਭਾਗ ਕੌਰ ਦੀ ਕਿਰਪਾ ਹੋ ਗਈ, ਬਦਾਵੇ ਪੜਾਏ, ਸਨਮੁਖ ਕਰਾਏ, ਮਾਤਾ ਜੀ ਦੀ ਕਿਰਪਾ ਨਾ, ਮਾਤਾ ਭਾਗ ਕੌਰ ਦੀ। ਅਤੇ ਫਿਰ ਦੇਖ ਲਓ ਜਿੰਨੇ ਸਿੰਘ ਸ਼ਹੀਦ ਹੋਏ ਸੀ ਨਾ, ਸਾਰਿਆਂ ਇਕੱਠਿਆਂ ਦੇ ਸਰੀਰ ਇੱਕੋ ਹੀ ਚਿਖਾ 'ਤੇ ਰੱਖੇ, ਇਕੱਠਿਆਂ ਦਾ ਸੰਸਕਾਰ ਕਰਾਇਆ, ਇੱਥੇ ਵੀ ਇਕੱਠੇ, ਸੱਚਖੰਡ 'ਚ ਵੀ ਇਕੱਠੇ ਜਾਣ। ਉਹਦਾ ਨਾਂ ਰੱਖਿਆ ਸ਼ਹੀਦ ਗੰਜ ਮੁਕਤਸਰ ਸਾਹਿਬ, ਉਸ ਸਥਾਨ ਦਾ ਨਾਮ ਆ ਸ਼ਹੀਦ ਗੰਜ। ਅਤੇ ਵਰ ਦਿੱਤਾ ਸੀ ਪੰਛੀ ਵੀ ਲੰਘ ਜਾਓ ਵੀ ਮੁਕਤ ਹੋ ਜਾਓ। ਅੱਜ ਵੀ ਜਦੋਂ ਉਹ ਦਿਨ ਆਉਂਦਾ ਮੁਕਤਸਰ, ਤੁਸੀਂ ਸਰੋਵਰ ਦਾ ਜਲ ਦੇਖ ਲਿਓ, ਪੂਰਾ ਖੂਨ ਮੰਗ ਹੁੰਦਾ, ਲਾਲੀ ਫੜੀ ਹੁੰਦੀ ਹੈ। ਆ ਸਾਡੇ ਮੈਨੇਜਰ ਸਾਹਿਬ ਉੱਥੇ ਬਹੁਤ ਸਾਲ ਰਹੇ ਆ, ਪੁੱਛ ਲਿਓ ਇਹਨਾਂ ਨੂੰ। ਮਹਾਰਾਜ ਦੇ ਜਿਹੜੇ ਕੌਤਕ ਆ ਪ੍ਰਤੱਖ, ਅੱਜ ਕਹਿੰਦੇ ਜੀ ਕਰਾਮਾਤ ਹੈ ਨਹੀਂ ਗੁਰੂ ਘਰ 'ਚ। ਜਿਲ੍ਹੇ ਮਹਾਰਾਜ ਸੱਚੇ ਪਾਤਸ਼ਾਹ ਨਾਨਕ ਝੀਰੇ ਗਏ ਆ, ਯਕੂਬ ਅਤੇ ਜਲਾਲਦੀਨ ਪੀਰ ਸੀ ਦੋ ਬਹੁਤ ਵੱਡੇ, ਅਤੇ ਕੀਰਤਨ ਹੋ ਰਿਹਾ ਸੀ, ਕਹਿੰਦੇ ਸਰੋਤ ਬੰਦ, ਇੱਕ ਜਲੇ ਗਿਆ ਬਸ ਉੱਥੇ ਹੀ, ਫਿਰ ਆਪ ਗਿਆ ਆਪ ਵੀ ਮੱਕੇ ਦੀ ਯਾਤਰਾ। ਕਹਿੰਦੇ ਹੁਣ ਮੱਕੇ ਦੀ ਕੀ ਕਰਨੀ ਹੈ, ਇੱਥੇ ਹੀ ਮੱਕੇ ਦੀ ਕਰਨੀ ਹੈ। ਮੱਕੇ ਦਾ ਮਾਲਕ ਆ ਗਿਆ, ਖੁਦਾ ਆਇਤ ਕਿ ਖੁਦਾ ਆਇਤ। ਅਤੇ ਕਹਿੰਦੇ ਮਹਾਰਾਜ, ਕਹਿੰਦੇ ਬਰ ਮੰਗ ਲਓ। ਕਹਿੰਦੇ ਮਹਾਰਾਜ ਇੱਥੇ ਪਾਣੀ ਲੂਣ ਵਾਲਾ ਖਾਰਾ, ਕਿਰਪਾ ਕਰ ਦਿਓ। ਮਹਾਰਾਜ ਨੇ ਪਹਾੜੀ 'ਤੇ ਖੜ੍ਹੇ ਚਰਨ ਨੂੰ ਛੁਆ ਦਿੱਤਾ, ਉੱਥੋਂ ਚਸ਼ਮਾ ਫੁੱਟ ਪਿਆ। ਹੈਗਾ ਕਿ ਨਹੀਂ ਹੈਗਾ, ਉਹਦਾ ਨਾਮ ਨਾਨਕ ਝੀਰਾ। ਜਿਹੜੇ ਹਜ਼ੂਰ ਸਾਹਿਬ ਜਾਂਦੇ ਆ, ਉਸ ਜਲ 'ਚ ਇੰਨੀ ਬਰਕਤ ਆ, ਡਾਕਟਰਾਂ ਨੇ ਵੀ ਸਿੱਧ ਕਰਤਾ ਕਿ 40 ਦਿਨ ਲਗਾਤਾਰ ਪੀ ਲਓ ਅਤੇ ਟੀ ਬੀ ਦੀ ਬਿਮਾਰੀ ਨਹੀਂ ਰਹਿੰਦੀ। ਇੱਕ ਟੀ ਬੀ ਕੀ ਮੈਂ ਕਹਿੰਦਾ ਕੋਈ ਬਿਮਾਰੀ ਵੀ ਨਹੀਂ ਰਹਿ ਸਕਦੀ। ਉਹ ਮਹਾਰਾਜ ਦੇ ਚਰਨਾਂ ਦਾ ਚਰਨਾਮਤ ਆ, ਚਰਨ ਤੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ। ਫਿਰ ਤੁਸੀਂ ਦੇਖ ਲਓ ਜਿਲ੍ਹੇ ਉੱਥੇ ਨਾਨਕ ਮਤੇ ਗਏ ਆ, ਉਹ ਕਹਿੰਦੇ ਸਾਡਾ ਗੋਰਖ ਮਤਾ। ਮਹਾਰਾਜ ਕਹਿੰਦੇ ਤਵੀ ਜੋ ਮਹਾਰਾਜ ਨੂੰ ਪ੍ਰਵਾਨ ਆ। ਉਹ ਕਹਿੰਦੇ ਧਰਤੀ ਕਹੇ, ਟੋਆ ਪੱਟ ਕੇ ਇੱਕ ਬੱਚਾ ਵਿੱਚ ਬਾਲਤਾ, ਉੱਤੇ ਛੱਤ ਜੇ ਪਾਤੀ। ਕਹਿੰਦੇ ਜੇ ਧਰਤੀ ਮਾਤਾ ਕਹਿ ਦੇਵੇ ਤਾਂ ਗੋਰਖ ਦੀ ਹੈ। ਕਹਿੰਦੇ ਪੁੱਛ ਲਓ, ਹੁਣ ਬੱਚਾ ਸਿਖਾਲਿਆ ਸੀ ਨਾ, ਉਹ ਜਿਹੜੇ ਕਹਿੰਦੇ ਧਰਤੀ ਮਾਤਾ ਕਿਹਦੀ ਆ, ਉਹ ਵਿੱਚੋਂ ਬੋਲਿਆ ਗੋਰਖ ਦੀ। ਮਹਾਰਾਜ ਕਹਿੰਦੇ ਧਰਤੀ ਮਾਤਾ ਤੂੰ ਬੋਲ। ਉਹ ਬੱਚਾ ਤਾਂ ਫਿਰ ਹਰੀਆਰ ਹੋ ਗਿਆ, ਧਰਤੀ 'ਚੋਂ ਆਵਾਜ਼ ਆਈ ਨਾਨਕ ਦੀ, ਉਹਦਾ ਨਾਂ ਪੈ ਗਿਆ ਨਾਨਕ ਮਤ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਅੱਗੇ ਫਿਰ ਰੀਠਾ ਸਾਹਿਬ ਆ, ਉਹਦੇ ਦੋ ਟਾਹਣੇ ਸੀ, ਇੱਕ ਪਾਸੇ ਸਿੱਧ ਬੈਠੇ ਸੀ, ਇੱਕ ਪਾਸੇ ਮਹਾਰਾਜ। ਕਹਿੰਦੇ ਮਹਾਰਾਜ ਭੁੱਖ ਬੜੀ ਲੱਗੀ ਆ, ਕੋਈ ਛਕਾਓ। ਮਹਾਰਾਜ ਮਰਦਾਨੇ ਵੀ ਕਹਿਣ ਲੱਗੇ ਆ ਟਾਹਣਾ ਝਾੜ ਦੇ, ਰੀਠੇ ਡਿੱਗੇ। ਕਹਿੰਦੇ ਆ ਛਕ ਲਓ। ਕਹਿੰਦੇ ਮਹਾਰਾਜ ਤਾਂ ਦੁਕਾਨੂਵਾਰ ਕੌੜੇ ਹੁੰਦੇ, ਕਿਸੇ ਸਿੱਧੋ ਖਾ ਕੇ ਤਾਂ ਦੇਖ ਲਓ। ਜਿਲ੍ਹੇ ਖਾਧੇ ਤਾਂ ਗੁੜ ਮੰਗ ਮਿੱਠੇ, ਅਤੇ ਕੀ ਇਹ ਕਰਾਮਾਤ ਨਹੀਂ? ਫਿਰ ਬਲੀ ਕੰਧਾਰੀ ਕੋਲ ਜਲ ਲੈਣ ਭੇਜਿਆ। ਉਹ ਕਹਿੰਦਾ ਤੂੰ ਮੁਸਲਮਾਨਾਂ ਦੇ ਘਰ ਜੰਮ ਕੇ ਅਤੇ ਹਿੰਦੂ ਕਾਫਰ ਨੂੰ ਗੁਰੂ ਮੰਨੀ ਬੈਠਾ? ਕਹਿੰਦੇ ਮੂਮਨ ਤਾਂ ਇਹ ਹੀ ਆ, ਬਾਕੀ ਸਭ ਕਾਫਰ ਹੀ ਆ। ਕਾਫਰ ਤਾਂ ਤੂੰ ਆ ਜਿਹਦੀ ਦ੍ਰਿਸ਼ਟੀ 'ਚ ਇੰਨੀ ਨਫ਼ਰਤ ਆ। ਪਾਣੀ ਨਹੀਂ ਪਿਲਾਇਆ, ਹੰਕਾਰ ਵਿੱਚ ਆਪਣੀ ਸਿੱਧੀ ਨਾ ਪਹਾੜੇ ਰੋੜ ਤੋਂ ਮਰਦਾਨੇ। ਕਹਿੰਦੇ ਮਹਾਰਾਜ ਅੱਗੇ ਤਾਂ ਪਿਆਸੇ ਮਰਦੇ, ਹੁਣ ਪੱਥਰ ਤਲੇ ਮਰਾਂਗੇ। ਕਹਿੰਦੇ ਮਰਦਾਨੇ ਆ, ਤੇਰੇ ਪੱਖ 'ਤੇ ਆਪ ਨਿਰੰਕਾਰ ਖੜੇ, ਇਉਂ ਕਰਤਾ ਪੰਜਾਬ ਲਗਾਇਆ ਕਿ ਨਹੀਂ ਲਗਾਇਆ? ਅਤੇ ਤੁਸੀਂ ਮਾਰ ਕੇ ਦੇਖ ਲਿਓ, ਪੰਜਾਬ ਲੱਗ ਜੂ, ਕਰਾਮਾਤ ਨਹੀਂ ਹੈ? ਜਿਹੜੇ ਨਹੀਂ ਗਏ, ਦਰਸ਼ਨ ਨਹੀਂ ਕੀਤਾ ਸੀ ਤਾਂ ਜਾਏ। ਅਤੇ ਜਲ ਇੰਨਾ ਸੁਬਾਛਿਆ, ਥੱਲੇ ਪੈ ਪੈਸੇ ਦੀ ਦੇ, ਪੈਸੇ ਦੀ ਦੇ ਥੱਲੇ ਪੈ। ਪ੍ਰਤੱਖ ਇਸ਼ਨਾਨ ਵੀ ਕੀਤਾ, ਅੰਮ੍ਰਿਤ ਵੀ ਲਿਆਏ। ਆ ਹੁਣ ਵੀ ਇੱਕ ਸਿੰਘ ਆਏ ਸੀ,
ਉਹ ਸਾਨੂੰ ਜਲ ਲਿਆ ਕੇ ਦੇ ਗਏ। ਕਹਿਣ ਤੋਂ ਭਾਪੇ ਜਿੱਥੇ ਬਲੀ ਕੰਧਾਰੀ ਰਹਿੰਦਾ ਸੀ ਹਾਲੇ ਉਸ ਤਰ੍ਹਾਂ ਦੀ ਪਹਾੜੀ ਆ, ਬਹੁਤ ਬਿਖੜਾਰਾ। ਕਈ ਤਾਂ ਸਾਡੇ ਨਾਲ ਗਏ ਪਿੱਛੇ ਹੀ ਮੁੜਿਆ, ਬਾਬਾ ਜੀ ਨਹੀਂ ਜਾਣ ਡਿੱਗਣਾ ਪਈਏ ਕਿਤੇ। ਅਸੀਂ ਤਾਂ ਫਿਰ ਦੇਖ ਕੇ ਆਏ ਸਾਰੇ। ਪੰਜਾ ਸਾਹਿਬ ਕਥਾ ਵੀ ਕਰਦੇ ਰਹੇ, ਨਨਕਾਣਾ ਸਾਹਿਬ ਵੀ ਕਥਾ ਕੀਤੀ, ਲਾਹੌਰ ਵੀ ਕੀਤੀ, ਡੇਰਾ ਸਾਹਿਬ ਜਿੰਨੇ ਦਿਨ ਉੱਥੇ, ਕਰਤਾਰਪੁਰ ਸਾਹਿਬ ਵੀ, ਸਾਰੇ ਕਥਾ ਕਰਦੇ ਰਹੇ। ਜਦੋਂ ਦਰਸ਼ਨ ਲੈ ਗਏ, ਕਹਿਣ ਤੋਂ ਭਾਵ ਉੱਥੇ ਉਹ ਬਣਾ ਦੇ ਦਰਖਤ ਆ ਅਤੇ ਬੜੇ ਧਾਗੇ ਬੰਨੇ ਹੋ। ਮੈਂ ਮੁਸਲਮਾਨਾਂ ਨੂੰ ਪੁੱਛਿਆ ਵੀ ਇਹ ਬੰਨੇ ਆ, ਕਹਿੰਦੇ ਮਹਾਰਾਜ ਇੱਥੇ ਨਾ ਬਾਲ ਲੀਲਾ ਕਰਦੇ ਰਹੇ। ਕਹਿੰਦੇ ਜਿਹਦੇ ਮੁੰਡਾ ਨਹੀਂ ਹੁੰਦਾ ਉਹ ਸੁੱਖ ਨਾਲ ਸੁੱਖ ਜਾਂਦੇ ਆ, ਕਿਰਪਾ ਹੋ ਜਾਂਦੀ ਉਹ ਗਾ ਕੇ ਗਾਨਾ ਬਣ ਜਾਂਦਾ। ਗੱਜ ਕੇ ਬੋਲੋ ਵਾਹਿਗੁਰੂ। ਮਹਾਰਾਜ ਦੀਆਂ ਬਖਸ਼ਿਸ਼ਾਂ ਜਿਹੜੀਆਂ ਨਾ ਅੱਜ ਵੀ ਚੱਲਦੀਆਂ। ਜਿਹੜੇ ਰਾਏ ਬਲਾਰ ਦੀ ਔਲਾਦ ਦੇ ਸੀ ਨਾ, ਇਹਨੇ ਮੁਕੱਦਮਾ ਕਰਤਾ ਕਿ ਸਾਡਾ ਜਿਹੜਾ ਬੁੜਾ ਸੀ ਨਾ ਉਹਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਸੀ, ਜਿਹੜਾ ਮਹਾਰਾਜ ਨੂੰ ਇੰਨੀ ਜਾਇਦਾਦ ਦੇ ਗਿਆ। ਉੱਥੇ ਫਿਰ ਜਿਊਰੀ ਬੈਠੀ, ਉਹ ਕਹਿੰਦੇ ਮੁਕੱਦਮਾ ਵਾਪਸ ਲੈ ਲਓ, ਨਹੀਂ ਅੰਦਰ ਠੋਕ ਦਿਆਂਗਾ। ਕਹਿੰਦੇ ਜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾ ਹੁੰਦੀ ਨਾ ਤੁਹਾਨੂੰ ਆਹ ਧਰਤੀ ਦੁਨੀਆ ਦੇਖਣ ਨੂੰ ਨਾ ਮਿਲਣੀ। ਰਾਏ ਬੁਲਾਰ ਨੂੰ ਪੁੱਤ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਨੇ ਦਿੱਤਾ, ਤਾਂ ਹੀ ਪੀੜ੍ਹੀ ਗਾਹਾਂ ਚੱਲੀ ਤੁਹਾਡੀ। ਮੁਕੱਦਮਾ ਫਿਰ ਵਾਪਸ ਲੈਣਾ ਪਿਆ। ਅਦਾਲਤ ਵਿੱਚ ਗਏ ਸੀ, ਜਿਊਰੀ ਬੈਠੀ, ਜਿਊਰੀ ਨੇ ਫਿਰ ਫੈਸਲਾ ਕੀਤਾ ਅਤੇ ਜਿਹੜੀ ਸੱਚਾਈ ਹੈ ਉਹ ਕਿਵੇਂ ਛੁੱਪ ਸਕਦੀ ਹੈ। ਸਤਿਅਮ ਮੇਵ ਜਯਤੇ ਨਾ ਨਿਰਤਮ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਨਾ ਕਿ ਸੱਤ ਦੀ, ਅਤੇ ਦੁਨੀਆ ਦੇਖ ਕਿੱਧਰ ਤੁਰ ਪੈਂਦੀ ਹੈ। ਪਰ ਮਹਾਰਾਜ ਦੀ ਜਿਹੜੀ ਕਰਾਮਾਤ, ਉਹ ਤਾਂ ਪ੍ਰਤੱਖ ਆ। ਜ਼ਿਲ੍ਹੇ ਗੁਰੂ ਕੇ ਲਾਹੌਰ ਗਏ, ਕਹਿੰਦੇ ਮਹਾਰਾਜ ਜਲ ਦੀ ਕਮੀ ਹੈ, ਬਾਹਰੇ ਨੇ ਮਾਰਿਆ ਪਰਛਾ, ਕਲਪਾ ਪਰਛਾ ਅੱਜ ਵੀ ਕੇਸਗੜ੍ਹ ਮੌਜੂਦ ਹੈ। ਔਰ ਉਦੇ ਸਿੰਘ ਕੇਸਰੀ ਚੰਦ ਮਹਾਰਾਜ ਦੇ ਸੀਸ ਦੇ ਸੁਪਨੇ ਲੈਂਦਾ ਸੀ। ਮਹਾਰਾਜ ਦਾ ਜਰਨੈਲ ਉਦੇ ਸਿੰਘ, ਭਾਈ ਮਨੀ ਸਿੰਘ ਦਾ ਸਾਹਿਬਜ਼ਾਦਾ, ਉਹਦਾ ਸਿਰ ਵੱਢ ਕੇ ਉਸ ਪਰਛੇ 'ਤੇ ਟੰਗ ਕੇ ਆ ਆ ਦੁਸ਼ਟ, ਅਤੇ ਮਹਾਰਾਜ ਨੇ ਜੋੜੇ ਸਣੇ ਠੁੱਡ ਮਾਰਿਆ ਸੀ, ਆਹ ਦੁਸ਼ਟ ਆ। ਉਹ ਕਲਪਾ ਪਰਛਾ ਮਹਾਰਾਜ ਨੇ ਮਾਰਿਆ, ਪੂਰਾ ਪੱਥਰ ਸੀ ਨਾ ਉੱਭ ਗਿਆ। ਅਤੇ ਦੂਜੇ ਕਹਿੰਦੇ ਵੈਸੇ ਹੀ ਕੱਢੀਏ ਸੰਗੋਸ਼ਾ ਜੀਤ ਮਹਾਰ ਬੇਰਾ ਜੋਰ ਲੈ ਕਿੱਥੇ, ਅਤੇ ਮਹਾਰਾਜ ਨੇ ਹੱਥ ਨੇ ਫਿਰ ਦੁਆ ਮਾਰਿਆ, ਕਹਿੰਦੇ ਮਹਾਰਾਜ ਹੁਣ ਤਰਵੈਣੀ ਬਣਾ ਦਿਓ, ਅਤੇ ਗੁਰੂ ਕਾ ਲਾਹੌਰ ਹੈਗੇ ਕਿ ਨਹੀਂ, ਤੁਸੀਂ ਪਰਛਾ ਮਾਰ ਕੇ ਦੇ ਲਿਓ। ਫਿਰ ਤੀਰ ਮਾਰਿਆ, ਉੱਥੋਂ ਜਲ ਕੱਢ ਦਿੱਤਾ। ਫਿਰ ਮਹਾਰਾਜ ਦਾ ਘੋੜਾ ਨੀਲਾ, ਉਹ ਕਹਿੰਦਾ ਮੈਂ ਵੀ ਮਹਾਰਾਜ ਦਾ ਵਾਹਣ ਆ, ਮੈਂ ਵੀ ਕੋਈ ਨਿਸ਼ਾਨੀ ਦੇ ਜਾਵਾਂ ਦੁਨੀਆ ਨੂੰ। ਉਹਨੂੰ ਪੌੜ ਮਾਰਿਆ, ਉੱਥੋਂ ਜਲ ਨਿਕਲਿਆ, ਉੱਥੇ ਗੁਰਦੁਆਰਾ ਪੌੜ ਸਾਹਿਬ ਬਣਿਆ, ਉੱਥੇ ਤਰਵੈਣੀ ਸਾਹਿਬ ਆ। ਮਹਾਰਾਜ ਤਾਂ ਕਰਾਮਾਤਾਂ, ਕੀ ਉਹਨਾਂ ਦੇ ਘੋੜਿਆਂ 'ਚ ਵੀ ਕਰਾਮਾਤਾਂ। ਜਕਾਰਾ ਬੁਲਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਜਦੋਂ ਸੱਚਖੰਡ ਗਏ, ਬਾਜ ਵੀ ਨਾਲੇ, ਘੋੜਾ ਵੀ ਨਾਲੇ, ਉਹ ਵੀ ਸ਼ਬਦ ਰੂਪ ਹੀ ਸੀ। ਵਾਹ ਟਟਬਹਿਰਾਂ ਥੋੜ੍ਹੀ ਸੀਆਂ ਜਿਹੜੀਆਂ ਲੋਕ ਲਈ ਫਿਰਦੇ, ਉਹ ਮਹਾਰਾਜ ਦੇ ਘੋੜੇ ਜਿਹੜੇ, ਮਹਾਰਾਜ ਦੇ ਬਾਜ, ਉਹਨਾਂ ਦੀਆਂ ਵੀ ਕਮਾਈਆਂ ਹੁੰਦੀਆਂ ਜਿਹੜੇ ਸੇਵਾ 'ਚ ਆ ਕੇ ਹਾਜ਼ਰੀ ਭਰਦੇ। ਧੰਨ ਗੁਰੂ ਨਾਨਕ ਪਾਤਸ਼ਾਹ, ਅੱਜ ਅਸੀਂ ਉਹਨਾਂ ਦਾ ਗੁਰਪੁਰਬ ਮਨਾ ਰਹੇ ਹਾਂ, ਪਾਠ ਚੱਲ ਰਹੇ ਆ। ਰਾਤ ਨੂੰ 1:40 'ਤੇ ਭੋਗ ਪੈਣੇ, ਫਿਰ ਆਰਤੀ, ਆਰਤੀ ਦਾ ਕੀਰਤਨ ਹੋਣਾ, ਸ਼ਬਦ ਪੜ੍ਹਨ ਰਾਗੀਆਂ ਨੇ, ਉਹ ਤੋਂ ਬਾਅਦ ਅਰਦਾਸ ਬੇਨਤੀ ਹੋਣੀ ਹੈ, ਫਿਰ ਬਾਕ ਹੋਣਾ, ਸੰਖੇਪ ਵਿਆਖਿਆ ਅੱਜ ਸਾਰਾ ਦੀਵਾਨ ਰਾਤ ਸਾਰੀ, ਅਤੇ ਫਿਰ ਸਵੇਰੇ ਐਸੇ ਟਾਈਮ ਕਥਾ ਤੋਂ ਬਾਅਦ ਫਿਰ ਸੰਪੂਰਨਤਾ ਹੋਣੀ ਹੈ, ਫਿਰ ਵਿਦਾਇਗੀ ਮਿਲਣੀ। ਅਤੇ ਮੁਸਲਮਾਨਾਂ ਜੋ ਮੱਕੇ ਦੇ ਹੱਜ ਜਾਂਦੇ ਨਾ, ਜਦੋਂ ਕਿ ਉਹ ਪੱਲਾ ਫੇਰਦਾ ਮਜੌਰ, ਇਹ ਜਾਣਾ ਇੱਥੇ ਮਨ ਮਰਜ਼ੀ ਹੈ, ਆ ਗਿਆ ਚਲ ਗਿਆ, ਜਿੱਧਰ ਮਰਜ਼ੀ ਘੁੰਮੀ ਗਏ। ਕੋਈ ਡਿਸਿਪਲਨ ਨਹੀਂ ਬਣਾਉਣਾ, ਕੋਈ ਮਰਜ਼ਾਦਾ ਨਹੀਂ ਬਣਾਉਣਾ, ਇਹ ਮਰਜ਼ਾਦਾ ਦਾ ਘਰ ਆ। ਇੱਥੇ ਆ ਕੇ ਅਸੀਂ ਸਿੱਖਣਾ ਹੈ, ਸਿੱਖ ਕੇ ਜਾਣਾ। ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਉਹ ਤਰਤੀਬ ਮਰਜ਼ਾਦਾ ਸਿਖਾਉਣੀ ਹੈ, ਨਿਯਮਬੱਧ ਤਰੀਕੇ ਚੱਲਣਾ। ਜਦੋਂ ਨਿਯਮਬੱਧ ਤਰੀਕਾ ਤੁਹਾਡੇ 'ਚ ਆ ਗਿਆ, ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਨਹੀਂ ਲੈ ਸਕਦੇ? ਇਸ ਕਰਕੇ ਆਓ, ਸਤਿਗੁਰੂ ਨੇ ਜੋ ਹੁਕਮ ਬਖਸ਼ਿਆ, ਵਿਚਾਰ ਸਰਵਣ ਕਰੀਏ। ਇੱਥੋਂ ਹੀ ਵੀ ਮਹਾਰਾਜ ਸੰਤ ਘਾਟ ਗੁਰਦੁਆਰੇ ਤੋਂ ਕਖਾਏ ਬਸਤਰ ਕਰਕੇ ਅਤੇ ਚੜ੍ਹਿਆ ਸੋਧਣ ਧਰਤ
लुकाई। पहली अदासी इतों आरंभ की आ महाराज ने, सचे पातशाह ने दसिया ही धर्म की किरत करनी, नाम जपना, बंड छकना, गुरमुख नाम दान इस नाम कृपा की है। आओ हूँ हुक्म की विचार सुनिए, पातशाह जी मेहर करते हैं। सतनाम श्री वाहे गुरु साहिब जी, सोरठ महला पंजवा। सोरठ राग की बाणी, पंजवें सतगुरु, पंजवें नानक, धन श्री गुरु अर्जन साहब जी महाराज बख्शिश करते हैं। गुरपुरा भेटो वड भागे, वड्या भागा ना पूरे गुरु का मिलाप होता। अधूरे तो बहुत टिंड खड़का फिरते, जिमें बरसात में बरसाती डिडू कड़ा कड़ा करते न। अधूरे गुरुआ की इस वेले बहुत भरमार है, बहुत जाल पसारे हुए, पर पूरा गुरु तो मत्था साथ देवे ना, फिर पूरा गुरु मिलता। अधूरे का बाजा मार दे इधर आ जाओ, पूरा गुरु लालो को आप गया सी ना, ये डॉक्टर इहो जिहा, बाकी डॉक्टरों को जाना फीस लिखी होंदी है, ये फीस भी कोई नहीं, आप जाके इलाज लई चले जाओ। ऐसा गुरु जड़ा ना ये बड़ियां भागा ना प्राप्त होंदा है। मन है भया परगासा, वे गुरु दे मिलाप दा फल की है। जे जिज्ञासु पूरी शरदा भगती धार के चल जाए, उदे हिरदे विच ज्ञान रूपी ज्योति दा प्रकाश हो जाता, हिरदे दा अंधकार दूर हो जाता। पर पूरे गुरु ना मिलांगे तां ही है ना, मिलिया इस वाखिए मिलिया कई रे सोई, ते मन तां साडा मिलदा नहीं, ये तो होर पासे भटकदा फिरदा। इस वास्ते महाराज कहिंदे मन है भया परगासा, मन शुद्ध हो जाता, बुद्धि पवित्र हो जाती है, ये शुद्ध बुद्धि के अंदर ज्ञान का प्रकाश हो जाता है। कोई ना पहुजन हारा दूजा, जड़ा पूरा गुरु है उदी रीस का बहुत करते, उन्हें बराबर पहुँच बराबरी रखने वाला कोई नहीं। जदों भाई मनसुख जी इतों ही ज्ञान लैके गए से ना, और संगलादीप जिन्हों अज कलकत्ता कहते, उत्थे फिर वो जोगियों का चेला सी राजा शिवनाव, उदों जोगियों का बहुत जोर से अठ जोग का, भाई मनसुख कादशी का वर्त रखा सी, अज अग नहीं बालनी, उन्हें अग वाली लंगर तैयार कर रहे थे, दसिया इनराज का हुक्म नहीं मनिया। कहन लगे भाई किमें, कहंदे साडे गुरु का तो हुक्म है ना कि इट खड़क के दुकड़ तप्पे नाले तप्पे चुल्हा, इस गले रब भी राजी ते नाले राजी बोला। साढ़े हर कोल डेरे हुंदा सी बाबे गुरबख्श होणी, वो मोड़े डाह छड़ने, कहने तू बालण बहुत फूकदा, कहंदे मारे भेजी भी जांदे आ, जिहड़े घर धुआं निकलू बस दे घर दी निशानी आ ना, अग बलदी होवे ये घर बसदा, जिते अग बुझ जाए उत्थे दा अगला कोई इत्थे है नहीं, कोई जींदा मुरदे ही है सारे। सो इस वास्ते साध संगत जी पूछा, कहिंदे साडे गुरु का हुक्म इवें, कहिंदे तुहाडे गुरु कौन है, महाराज का जिहड़ा दस्सिया, कहिंदे दर्शन, कहिंदे चेते करेंगे इत्थे दर्शन दे देणगे, उहदा व्यापक सरूप है, जिथे कोई याद करे उत्थे कृपा कर देंदे, ते सानू भी दर्शन दे सकदे, पर भावना होवे दर्शन, असीं भावना नहीं ना बनाउंदे। वो प्यार पैदा कर लिए बेबे नानकी वाला, तेरी देखण वाली अख नहीं पर रब ते तो वख नहीं, ते साध संगत जी ये चेते करदा, कहिंदे निशानी, कहिंदे सुका बाग हरा हो जाए, गल हो गई ना, बहुत उत्थे गए जी रंग बिरंगे लीड़े पा पा के, पर सुका बाग कि हरा करे, हुण परखां करनियां परखां च फिर, ते जो महाराज गए ते सूके हरे किए खिन माहे, सूके काष्ट पए चलूल, हरे हो गए इस वेले, हरे हो गए ते जे नहीं ते नानक मते देख रहे हो, सिद्धा ने पिपल अग ला के साड़ता सी ना, ते भाई अलमास जी ने बेनती की छेवें पातशाह नूं, ते मारन जल ते जप जी साहब पढ़ के केसर घोल के उन छिट्टे मारे सी,
पिपलहरा किया नहीं, अज भी पत्तियां विच केसर दे निशान हैं, देखिए बिछक जाके जे छाकिया तो देखो कढ़िया हो छक महाराज दी कला तो हमेशा ही प्रगट है, पर तक सदा ही निशानियां। तो साध संगत जी जल्द महाराज चरण पाए ना हरा हो गए बाग, फिर परख वास्ते जड़ माया चेतन माया भेजी, तो महाराज ने एक ही शब्द कहा ही गाछो पुत्री राजकुमार नाम भनु साहिब देव सुभाग, वो देवियां जिन्हिया आईया सब सुरती जुड़ गई। राजा कहंदे किवें खूंद कुमारी, कहंदे धन गुरु नानक आ गए। फिर जिस वेले आया महाराज ने कंड करती, कहंदे महाराज मैनू बख्श लो, कहंदे इहो जिहियां प्रीख्या करना जे हुण असीं परचा पाया, तू तां देख लिया साडा परचा भी तो पऊगा ना, दस महीने परचा पाया सी ना, पहला भी करतारपुर परचे पाए से, जिहड़े परचियां च निकल गया वह बख्शां लग, ये चरणी डिग पिया। ये महाराज ने प्राण संगली ग्रंथ उदे द्वारा उपदेश दिता, पहला हठ योग की प्रक्रिया फिर सहज योग, वो प्राण संगली ग्रंथ संत संपूर्ण सिंह जी हुए निर्मले संत उन्होंने उदा ट्रांसलेट किया, यूनिवर्सिटी वाले ने भी वह छापिया ग्रंथ। सो इस वास्ते महाराज कहते मन है भया प्रगासा, तो जो पूरा गुरु मिल जाता फिर शुद्ध हो जाता, ज्ञान का प्रकाश हो जाता है, उन्हां दी बराबरी रखण वाला होर कोई भी नहीं। बहुत नानक बन बन के जांदे रहे, पर जिले कसवटी लगी जड़ा सच्चा नानक सी उहदे अगे झुकना पिया। गज के बोलो वाहे गुरु। हाँ जी, अपने साहिब का परवासा, उन्हां गुरमुखां नूं अपने साहिब ते परवासा। जेलम जिला नूं उत्थे एक फकीर होया मुसलमान, उहदा एक कोई मंत्र सी, कोई जाए काबे कोई जाए गंगा साडा नानक चोहे वाला चंगा। उत्थे चोहा साहब गुरुद्वारा महाराज का माता साहब कौर का भी स्थान है, हुण साडे बलैत दे प्रेमी अमरीका दे ओ सिंह उत्थे गुरुद्वारा बनाया, उन्होंने 3.5 किले जमीन मुल खरीद के माता साहब कौर का स्थान बना रहे। बहुत गुरमुख अमृतधारी सिंह भाई अवतार सिंह उन्होंने वो दमाद है, बड़ा उद्यम किया उन्होंने अमेरिका वालों ने, माता जी का निशान कायम किया। सो इस करके साहस जड़ा पीर उन्हें यही पढ़ना, वो दरिया से पहले दरिया चढ़ता ना, दरिया कंडे वाले पता होंगे हड़ आ गया, बाकी तो सारे चले गए, वो उत्थे कहंदे साईं जी रुढ़ जाओगे, तो उन्हें यही पढ़ी जाना, कोई जाए काबे कोई जाए गंगा साडा चोहे वाला नानक चंगा। वो हड़ आया बाट लगी तो बिचे रुड़ गया, जिम्मे अच्छी हड़ आए से थोड़ी तबाही हुई, पंजाब का किन्ना पिंड बर्बाद होया। तो साध संगत जी जिले होया वो कहते भी देखिए भी साई कित हो संस्कार कर देंगे ज दबा देंगे, जिले देखा एक दरख्त उदे उत्ते मंजा पिया, जिले कहते पीर जी किमें बचे, कहते कोई जाए काबे कोई जाए गंगा साडा चोहे वाला नानक चंगा। देखो विश्वास जा के हृदय विश्वास प्रवाया तत् ज्ञान इस मन प्रगटा, विश्वास श्रद्धा हाँ जी मन है भया प्रगास। और कहंदे कोई ना पहुँचन हारा दूजा अपने साहिब का प्रवास, उन्हां दी बराबरी करन वाला दूजा कोई नहीं, क्योंकि उन्हां नूं अपने साहिब मालिक ते भरोसा हुंदा है। अपने सतगुर कै बलिहार, असीं अपने सतगुरां तों सदा वास्ते बलिहार जांदे हाँ। आगै सुख पाशै सुख सहजा, उन्हां दी कृपा नाल अगे इत्थे दा भी सुख है ते सहज ज्ञान द्वारा परलोक दा भी सुख है। घर आनंद हमारा, साडे हिरदे रूपी घर विच सदा ही आनंद खुशियां खेड़े हन, रहाओ विश्राम दे के पातशाह जी कृपालता करते हैं। अंतर जामी करणै हारा, महाराज अंतर जामी है सारे कारणा नूं करन वास्ते समर्थ है। अजकल कहिंदे इह किवें हो गया, इह साडे लई है
वो जो मर्जी कर सकते हैं। खिन में नीच पीट का राज पार ब्रह्म गरीब निवाज। हूँ जल्द दिल्ली गए सी वो हाथी मर गया महावतरोण मारे कहते रोंदे क्यों कहते महाराज जी के द्वारा गुजारा उसी बादशाह हाथी की खुराक भेजदा सी असी टब्बर पाली जाते महाराज ने जींदा करता। जल्द बादशाह पता लग्या अब्राहिम लोधी ने जींदा किया कहते हूँ आ जींदा करो कहते भाई जड़ा रब का मारिया ना उन्होंने फकीर जींदा कर दिता फकीर के मारे नूं रब भी नहीं जींदा कर सकता। इस करके साध संगत जी सतगुरु समर्थ हैं जो चाहन कर सकते हैं सरबग हैं। सोई खसम हमारा वो साडा मालिक है करन करन समर्था हर सिमरत सब दुख लाथा जो चाहन नहीं तो हुण कहिंदे हुंदे वी हुण मुगलां दा राज आ दिन कट लो दसम पातशाह कहिंदे इह नहीं दिन निकलदे हुंदे ते महाराज ने खालसा करता तो फिर देख लो उन्होंने राज खालसा प्रगट किया तो खालसे ने फिर देख लो योजा कौतक वरताए अज आ रंगा लजदा कि दे परिवार का कोई लजदा हो गया बीज नाश हो गया तो खालसा जी ने नाश कर लगा उसी महाराज वचन कर गया जी बधे खालसा सूमन बने जिमें कहते सूमे का पानी बढ़ता ना मेरा खालसा वो बधेगा गज सत श्री अकाल। बड़िया ने जोर लाए लाई जाते हैं वो कहते अं तो मुकाम थक गया ही नहीं मुकते मनु तेरी दात्री असी मनु दे सोए ज्यों ज्यों मनु बढ़ता असी दून सवाए होए। ये महाराज अमृत देख अमर कर गए पर हुण सानू अमृत कौरा बिखिया मीठी साकत की बिद नैनो अमर का कौड़ा लगन लग पे शराबा होर नशे पत्ते किमें बुरा हाल होया पे घर घर सोग स्यापा हो रहा फिर जहरां खार खा मर रहे है मामा नू पियां नू मार रहे है वो पैसे नहीं देंदे नशा पूरा करन लई फिर वो बुढ़े बुढ़िया नू मारी जांदे अखबारां पढ़ के देख लो की हाल है ये घर वाली कहती है फिर बच्चों भी नाल गड्डी चढ़ाई जाते ये नशियां ने किन्नी तबाही मचाई हुई है तो महाराज ने कहा पोस्त भंगा फीम उतर जाए प्रभात नाम खमारी नानका चढ़ी रहे दिन रात। तो हुण असीं किधर लगे हुए हैं पान सुपारी खातियां मुख पीड़ियां लाइया हर हर कदे न चेते हो जम पकड़ चलाइया वो खालसा जड़ा उन्होंने नाम रसायण जोर ते नानक सच अमली अमली वो सचे अमली सो महाराज सचे पातशाह अगे सानू सोझी बख्शते हैं। सोई खसम हमारा साडा खसम मालिक है निर्भउ भए गुर चरणी लागे। हाँ अजकल लोक लाज भी बड़ी है ये अमृत छा के लोग कहे ये ब्रेकां का कछहरा पा लिया गड्डी नूं ब्रेक चाहिए है जहाज नूं ब्रेक ट्रैक्टर नूं मोटरसाइकिल नूं ते बंदे नूं ब्रेक नहीं चाहिए जे ब्रेक ना हो फिर तो एक्सीडेंट हो जाऊगा फिर तो दौड़ी जाऊ गड्डी नूं पर टीचरां कर दे ककारां सोए सुभाष एक बार तुरे जाइए वो बंदे दी दाढ़ी वध गई वो कहिंदा इन्ना झाड़ बधाया होया ते तैनूं मिलिया नहीं सफाई वाला इधर तुर पै कितें महाराज ने साबित सूरत दस्तार सिरा बनाया सी ते साड़ी हालत दस्तार रफ्तार गुफ्तार ते आचार्य चीज़ां दित्तियां सी दस्तार भी गई रफ्तार भी बिगड़ गई गुफ्तार बोलना भी बिगड़ गया ते चाल चलन भी बिगड़ गया उवें भालदे सानू आ कुछ मिलदा जिहदे नाल मिलना सी तां गल्ले छड्ड दित्ती ते मिलूगा कित्थों हूँ कड़ाह कर लो जी कड़ाह कर लो ना कड़ाही है ना खुरचना ना आटा ना खंड ना घ्यो ना पानी ना अग का साधन कड़ाह गल्ला ना बन जू गल्ला ना राज समाज पैदा नहीं होंदे
ਰਾਜ ਦੀ ਵੀ ਸਮੱਗਰੀ ਹੁੰਦੀ ਹੈ, ਉਹ ਪੈਦਾ ਕਰਨੀ ਪੈਂਦੀ ਹੈ, ਬਾਹੂਬਲ ਪੈਦਾ ਕਰਨੇ ਪੈਂਦੇ ਹੈ, ਕਮਾਈ ਕਰਨੀ ਪੈਂਦੀ ਹੈ, ਜਪ ਤਪ ਕਰਨੇ ਪੈਂਦੇ ਹੈ, ਸੇਵਾ ਕਰਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ ਪੈਂਦੀਆਂ। ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਨਿਰਭਉ ਭਏ ਗੁਰ ਚਰਣੀ ਲਾਗੇ, ਗੁਰਸਿੱਖ ਲੋਕ ਲਾਜ ਤਿਆਗ ਕੇ ਨਿਰਭਉ ਹੋ ਕੇ ਗੁਰੂ ਦੇ ਚਰਣੀ ਲੱਗ ਜਾਂਦੇ ਹਨ। ਇੱਕ ਰਾਮ ਨਾਮ ਆਧਾਰਾ, ਇੱਕ ਰਾਮ ਦੇ ਨਾਮ ਦਾ ਆਧਾਰ ਆ ਸਰਲ ਆ। ਹੁਣ ਪ੍ਰਹਲਾਦ ਕੋ ਕੋਈ ਐਟਮ ਬੰਬ ਥੋੜ੍ਹੀ, ਦੋ ਅੱਖਰ ਸੀ, ਰਾਰਾ ਮੰਮਾ ਆਰਾਮ, ਰਾਜ ਬਦਲਿਆ ਕਿ ਨਹੀਂ। ਫਿਰ ਧਰੂਮ ਕੋ 12 ਅੱਖਰ ਸੀ, ਓਮ ਮਨਮੋ ਭਗਵਤੇ ਵਾਸਦੇਵ। ਫਿਰ ਸਾਹਿਬਜ਼ਾਦਿਆਂ ਕੋ ਸਤਨਾਮ ਸ਼੍ਰੀ ਵਾਹਿਗੁਰੂ ਮੂਲ ਵਾਹਿਗੁਰੂ, ਉਹਨਾਂ ਦੀ ਸ਼ਹੀਦੀ ਨੇ ਪਲਟਾ ਲਿਆਉਂਦਾ ਖਾਲਸਾ ਰਾਜ। ਮਾਤਾ ਜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿੱਚੋਂ ਨਿਕਲਿਆ, ਸਭ ਤੋਂ ਪਹਿਲਾਂ ਇੰਟਰਨੈਟ ਉੱਥੇ ਖੜਕਾਈ ਨਾ ਬੰਦੇ ਬਹਾਦਰ ਨੇ, ਉੱਥੋਂ ਹੀ ਫਿਰ ਸੰਮਤ ਸਿੱਕੇ ਚੱਲੇ, ਖਾਲਸੇ ਦੀ ਮੋਹਰ ਚੱਲੀ, ਨਿਸ਼ਾਨ ਚੱਲੇ, ਲੋਹਗੜ੍ਹ ਰਾਜਧਾਨੀ ਬਣੀ। ਇਹ ਸਾਹਿਬਜ਼ਾਦਿਆਂ ਦੀ ਕਿਰਪਾ, ਮਾਤਾ ਜੀ ਦੀ, ਬਾਕੀ ਸ਼ਹੀਦ ਸਿੰਘਾਂ ਦੀਆਂ ਕਿਰਪਾ ਜਿੰਨੇ ਵੀ ਹੈਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਇੱਕ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ, ਜਿਹਦੀ ਬਰਕਤ ਨਾਲ ਉਹਨਾਂ ਦੀਆਂ ਸਾਰੀਆਂ ਜਿੱਤਾਂ ਹੁੰਦੀਆਂ ਹਨ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਦਾ ਜਿਹੜਾ ਮੂਰਤ ਸਰੂਪ ਆ ਅਕਾਲ ਤੋਂ ਰਹਿਤ ਆ, ਉਹਦੇ ਦਰਸ਼ਨ ਸਫਲ ਫਲ ਦੇ ਸਹਿਤ ਹੁੰਦੇ ਹਨ। ਹੈ ਭੀ ਹੋਵਨ ਹਾਰਾ, ਪਾਤਸ਼ਾਹ ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਣ ਵਾਲਾ। ਧੰਨ ਗੁਰੂ ਨਾਨਕ ਪਾਤਸ਼ਾਹ, ਇਹ ਤਾਂ ਇੱਕ ਚੋਜ ਵਾਸਤੇ 554 ਸਾਲ ਆ ਮਹਾਰਾਜ, ਜਦੋਂ ਅਵਤਾਰ ਨਹੀਂ ਸੀ ਧਾਰਿਆ ਉਦੋਂ ਵੀ ਤਾਂ ਹੈਗੇ ਹੀ ਸੀ, ਉਹ ਤਾਂ ਸਦਾ ਹੀ ਹੈ, ਉਹ ਤਾਂ ਦੁਨੀਆਂ ਦੇ ਭਲੇ ਲਈ ਪ੍ਰਗਟ ਹੋ ਜਾਂਦੇ, ਕਿਰਪਾ ਕਰ ਦਿੰਦੇ ਆ, ਸਦਾ ਹੀ ਇੱਕ ਰਸ ਰਹਿਣ ਵਾਲੇ ਹਨ। ਕੰਠ ਲਗਾਏ ਆਪਣੇ ਜਨ ਰਾਖੇ, ਜਿਹੜਾ ਉਹਦਾ ਜਨ ਬਣ ਜਾਂਦਾ ਨਾ ਕੰਠ ਲਾ ਕੇ ਰੱਖ। ਇੱਕ ਬੀਬੀ ਪੰਜਾਬ ਸਾਹਿਬ ਯਾਤਰਾ ਨੂੰ ਜਾ ਰਹੀ ਸੀ, ਕੁਝ ਸਾਲਾਂ ਦੀ ਗੱਲ, ਉੱਧਰ ਟਾਂਗੇ ਸੀਗੇ, ਉਹ ਪਠਾਨ ਜਿਹੜਾ ਸੀ ਨਾ ਉੱਤੋਂ ਸੂਰਜ ਛਿਪਦਾ ਜਾ ਰਿਹਾ ਸੀ, ਇਹ ਗਲਤ ਪਾਸੇ ਲਈ ਜਾ ਰਿਹਾ ਸੀ, ਬੱਚਾ ਕੋਲ ਸੀ। ਉਹਨੂੰ ਵੀ ਹੋਇਆ ਵੀ ਪਤਾ ਨਹੀਂ ਇਹਦੀ ਕੀ ਬਦਨੀਤ ਆ। ਉਹਨੇ ਕੀ ਕੀਤਾ, ਬੀਬੀ ਤੋਂ ਬੱਚਾ ਖੋਹ ਕੇ ਨਾ ਅਤੇ ਪਈ ਨੂੰ ਇੱਥੇ ਸੇਲਾ ਥੱਲੇ ਦੱਬ ਦਿੰਦੇ ਜਾਂ ਮਾਰ ਦਿੰਦੇ ਹਾਂ, ਅਤੇ ਫਿਰ ਜੋ ਉਹਦੇ ਮਨ 'ਚ ਕੋਈ ਪਾਪ ਬਿਰਤੀ ਸੀ ਅਤੇ ਬੀਬੀ ਜੀ ਨੂੰ ਬੱਚਾ ਪੰਜਾਬ ਸਾਹਿਬ ਅਰਦਾਸ ਕਰਨ ਨੂੰ ਮਿਲਿਆ ਸੀ, ਜਿਵੇਂ ਬੇਰ ਸਾਹਿਬ ਬਹੁਤ ਸੰਗਤਾਂ ਅਰਦਾਸ ਕਰਾਉਣੀਆਂ, ਬਾਹਰੇ ਝੋਲੀਆਂ ਭਰਦੇ ਆ, ਜੜ੍ਹਾਂ ਲਾਉਂਦੇ ਆ, ਇੱਥੇ ਬਹੁਤ ਅਰਦਾਸਾਂ ਬਾਬੇ ਬੁੱਢੇ ਦੇ ਵੀ, ਬੇਰ ਸਾਹਿਬ ਵੀ, ਖਾਸ ਬਖਸ਼ਾਂ ਹੁੰਦੀਆਂ, ਡਾਕਟਰਾਂ ਤੋਂ ਥੱਕੇ ਹਾਰੇ ਆਉਂਦੇ ਆ, ਵੈਦਾਂ ਹਕੀਮਾਂ ਤੋਂ। ਉਹ ਜਿਲ੍ਹੇ ਗਿਆ ਨਾ, ਬੀਬੀ ਨੇ ਕਿਹਾ ਮਹਾਰਾਜ ਹੁਣ ਤਾਂ ਤੁਹਾਡਾ ਹੀ ਆਸਰਾ, ਤੁਹਾਡੇ ਪੰਜਾਬ ਸਾਹਿਬ ਚੱਲੇ ਸੀ, ਤੁਸੀਂ ਪੱਥਰਾਂ 'ਚ ਪੰਜਾ ਲਾ ਸਕਦੇ ਹਾਂ, ਕਿਰਪਾ ਕਰੋ। ਬਸ ਉਹ ਜਿਲ੍ਹੇ ਬੱਚੇ ਨੂੰ ਸਿਲ ਥੱਲੇ ਦੱਬਣ ਲੱਗਾ ਨਾ, ਉੱਥੋਂ ਫਣੀਆਰ ਨਾਗ ਨਿਕਲਿਆ, ਉਹਨੂੰ ਡੰਗ ਮਾਰ ਕੇ ਉੱਥੇ ਹੀ ਮਾਰਦਾ। ਸਤ ਸ੍ਰੀ ਅਕਾਲ, ਬੀਬੀਆਂ ਦਾ ਜੈਕਾਰਾ ਬੋਲਦੀਆਂ, ਬੀਬੀ ਉਹ ਤੁਹਾਨੂੰ ਕੀ ਹੋ ਗਿਆ, ਸਤ ਸ੍ਰੀ ਅਕਾਲ, ਸਤ ਸ੍ਰੀ ਅਕਾਲ। ਉਹ ਸਾਧ ਸੰਗਤ ਜੀ ਨਾ ਉੱਧਰ ਕਿਤੇ ਫੌਜੀ ਸਿੰਘਾਂ ਦੀ ਪਲਟਣ ਅੱਗੇ ਜਾ ਰਹੀ ਸੀ, ਉਹ ਜਿਲ੍ਹੇ ਲੰਘੇ ਉਹਨੇ ਦੇਖਿਆ ਸ੍ਰੀ ਸਾਹਿਬ ਚਮਕ ਰਹੇ ਸੀ, ਉਹਨੇ ਕਿਹਾ ਵੀ ਆਹ ਤਾਂ ਕੋਈ ਬੀਬੀ ਸਿੰਘਣੀ ਹੈ। ਉਹ ਜਿਲ੍ਹਾ ਬੀਬਾ ਜੀ ਤੁਸੀਂ ਇਕੱਲੇ ਇੱਥੇ ਖੜੇ, ਇੱਕ ਵੇਲਾ ਹੋਇਆ, ਅੱਖਾਂ ਤੋਂ ਅੱਥਰੂ ਡਿੱਪ ਹੈ, ਬਰਾਕ ਚੱਕ ਹੈ। ਸਾਰੀ ਘਟਨਾ ਸੁਣਾਈ ਕਿ ਪੰਜਾਬ ਸਾਹਿਬ ਅਰਦਾਸ ਕੀਤੀ ਸੀ ਅਤੇ ਸੁਖਣਾ ਲਾਉਣ ਚੱਲੀ ਸੀ, ਆਹ ਘਟਨਾ। ਉਹ ਕਹਿੰਦੇ ਅੱਛਾ ਚਲੋ ਦੇਖੀਏ, ਅਤੇ ਬੱਚਾ ਅੰਗੂਠਾ ਚੁੰਘੇ ਅਤੇ ਉਹ ਮਰਿਆ ਪਠਾਨ, ਅਤੇ ਸੱਪ ਬੈਠਾ ਉਹਦੀ ਰੱਖਿਆ ਨੇ ਬੰਨ ਖਿਲਾਰ,
ਜਦੋਂ ਆਇਆ ਫਿਰ ਸਿੰਘ ਆ ਗਿਆ ਇਹ ਛਪਨ ਹੋ ਗਈ। ਫਿਰ ਉਹ ਆਪ ਗੱਡੀ 'ਚ ਬਹਾਲ ਕੇ ਬੀਬੀ ਨੂੰ ਪੰਜਾ ਸਾਹਿਬ ਲਿਆਏ ਅਤੇ ਉਹਨਾਂ ਨੇ ਸਾਰੀ ਫਿਰ ਸਾਖੀ ਪ੍ਰਬੰਧਕਾਂ ਨੂੰ ਦੱਸੀ। ਇਹ ਅਖਬਾਰਾਂ 'ਚ ਵੀ ਉਦੋਂ ਛਪੀ ਸੀ। ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਅੱਜ ਵੀ ਕਿਰਪਾ ਕਰਦੇ। ਇਹ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜ਼ਿਮੀ ਜ਼ਮਾਂ ਕੇ ਵੇਖੇ ਸਮਸਤ ਇੱਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ ਨਾ ਘਾਟ ਬਾਦ ਹੋਤ ਹੈ। ਮਹਾਰਾਜ ਦਾ ਪ੍ਰਤੱਖ ਹੈ, ਅਗਿਆਨੀ ਜੀ ਰੋਜ਼ ਕੌਤਕ ਵਰਤੇ। ਆ ਪਿੰਡ ਆ ਗਮਟਾਲਾ ਅਤੇ ਗਮਟਾਲੀ, ਬਹੁਤ ਸਾਲਾਂ ਦੀ ਗੱਲ ਹੈ। ਉੱਥੇ ਦਾ ਬ੍ਰਾਹਮਣ ਸੀ, ਸਾਰੇ ਸੁੱਖਣਾ ਸੁੱਖੀਆਂ ਕਿਤੇ ਵਰਨ, ਬੇਰ ਸਾਹਿਬ ਅਰਦਾਸ ਕਰਾਈ ਅਤੇ ਉਹਦੇ ਪੋਤਾ ਹੋਇਆ। ਉਹ ਹੁਣ ਸਾਰੇ ਸਨਾਤਨੀ ਸੀਗੇ, ਕਹਿਣ ਲੱਗੇ ਵੀ ਨੈਣਾ ਦੇਵੀ ਲਿਜਾ ਕੇ ਇਹਦੇ ਭਦਨ ਕਰਾਉਣੇ। ਉਹ ਬਜ਼ੁਰਗ ਕਹਿਣ ਲੱਗਾ ਵੀ ਤੁਸੀਂ ਜੋ ਮਰਜ਼ੀ ਕਰੋ, ਇਹ ਦਾਤ ਬੇਰ ਸਾਹਿਬ ਤੋਂ ਮਿਲੀ ਹੈ, ਪਹਿਲਾਂ ਮਹਾਰਾਜ ਦੇ ਮੱਥਾ ਟਿਕਾ ਲਓ, ਇਹ ਤੁਹਾਡੀ ਮਰਜ਼ੀ ਹੈ। ਸਾਰੇ ਇੱਕ ਪਾਸੇ ਦੇ, ਉਹ ਹੁਣ ਕਿੱਥੇ ਮੰਨਣ। ਉਹ ਜੀ ਫਿਰ ਲੈ ਗਏ, ਜਲੇ ਲਗਾਏ ਅਤੇ ਉਹ ਬੱਚੇ ਨੇ ਪਤਾ ਨਹੀਂ ਪ੍ਰਾਣ ਚੜ੍ਹਾ ਲਿਆ। ਉਹ ਤਾਂ ਐਂ ਹੋ ਗਿਆ ਵੀ ਮੁਰਦਾ। ਉਹਨੇ ਕਿਹਾ ਵੀ ਹੁਣ ਕਿੱਥੇ ਚੁੱਕੀ, ਫਿਰ ਇੱਥੇ ਦੱਬ ਦਿਓ। ਉਹ ਕਹਿੰਦੇ ਵੀ ਨਹੀਂ, ਗੁਰੂ ਨਾਨਕ ਸਾਹਿਬ ਦੇ ਕੇ ਨਹੀਂ ਖੋਂਦੇ, ਸਤਿਗੁਰ ਸੱਚੇ ਪਾਤਸ਼ਾਹ ਦੇ ਕੇ ਨਹੀਂ ਦਾਤ ਖੋਂਦੇ, ਇੱਕ ਵਾਰੀ ਮੱਥਾ ਟਿਕਾਉਣਾ। ਉਹ ਕਹਿੰਦੇ ਹੁਣ ਮੁਰਦਾ ਲਿਜਾਣਾ। ਕਹਿੰਦੇ ਨਹੀਂ, ਵੀ ਮਹਾਰਾ ਮੁਰਦਿਆਂ ਨੂੰ ਵੀ ਜਿੰਦੇ ਕਰਦੇ ਰਹੇ। ਬਾਣੀ ਦੱਸਦੀ ਹੈ, ਮ੍ਰਿਤਕ ਕੋ ਜੀਵਾਲਣ ਹਾਰ ਭੁੱਖਿਆ ਕੋ ਦੇਵਤਾ ਦਾਰ, ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰ ਤਨ ਮਿਲਾਇਆ। ਉਹ ਮਹਾਰਾਜ ਚੱਕ ਕੇ ਇੱਥੇ ਲਾਇਆ ਅਤੇ ਗ੍ਰੰਥੀ ਸਿੰਘ ਨੂੰ ਅਰਦਾਸ ਕਰੋ। ਉਹ ਗ੍ਰੰਥੀ ਕਹਿੰਦੇ ਮਹਾਰਾਜ ਇਹ ਤਾਂ ਮ੍ਰਿਤਕ ਹੈ, ਉਹ ਪ੍ਰਾਣ ਚੜ੍ਹਾਈ ਬੈਠਾ ਸੀ। ਕਹਿੰਦੇ ਤੁਸੀਂ ਅਰਦਾਸ ਕਰੋ। ਜਲੇ ਅਰਦਾਸ ਕੀਤੀ, ਨੇਤਰ ਬੋਲ ਕਹਿੰਦੇ ਦੱਸੋ ਤੁਹਾਡੀ ਦੇਵੀ ਵੱਡੀ ਹੈ ਜਿਹਦੇ ਭਦਨ ਤੁਰੇ ਸੀ। ਉਹ ਜੀ ਬ੍ਰਾਹਮਣ ਦੀ ਫੈਨੀ ਸ਼ਰਧਾ ਹੋ ਗਈ। ਉਦੋਂ ਬਾਬਾ ਨਿਧਾਨ ਸਿੰਘ ਜੀ ਮਹਾਰਾਜ ਹਜ਼ੂਰ ਸਾਹਿਬ ਵਾਲੇ ਸਰੀਰ ਕਰਕੇ ਹੈਗੇ ਸੀ। ਉਹ ਕਹਿੰਦੇ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਮੈਂ ਤਾਂ ਹੁਣ ਮਹਾਰਾਜ ਸੇਵਾ ਕਰਦਾ। ਉਹ ਹਜ਼ੂਰ ਸਾਹਿਬ ਚ ਲਗਾਏ, ਉੱਥੇ ਜਾ ਕੇ ਸੇਵਾ ਕਰਦੇ ਰਹੇ। ਹੌਲੀ ਹੌਲੀ ਬਾਬਾ ਨਿਧਾਨ ਸਿੰਘ ਮਹਾਰਾਜ ਦੇ ਕਲੋਜ ਹੋ ਗਏ, ਬਹੁਤ ਨੇੜੇ ਹੋ ਗਏ। ਜਦੋਂ ਵਫਾਦਾਰੀ ਅਤੇ ਬਾਬਾ ਜੀ ਵੀ ਵਿਸ਼ਵਾਸ ਕਰਨ ਲੱਗ ਪਏ। ਅਤੇ ਇੱਕ ਦਿਨ ਉਹ ਕਹਿੰਦਾ ਵੀ ਬਾਬਾ ਜੀ ਬੈਠੇ ਹੁੰਦੇ ਆ, ਕਿਉਂਕਿ ਉੱਧਰ ਗਰਮੀ ਵੀ ਹੁੰਦੀ ਹੈ ਅਤੇ ਬਾਬਾ ਜੀ ਦੇ ਮਲਮਲ ਦਾ ਝੋਲਾ ਹੁੰਦਾ ਸੀ ਅਤੇ ਮਾਇਆ ਦੇ ਹੀ ਜਾਣੀ। ਕਹਿੰਦੇ ਬਾਬਾ ਜੀ ਪਿਉਂ ਫੜਾਈ ਜਾਂਦੇ ਆ, ਉਹਨਾਂ ਨੂੰ ਵਰਸੀ ਵੀ ਹੱਥ ਤੇਰਾ ਅਤੇ ਖੀਸਾ ਮੇਰਾ, ਕੱਢੀ ਚੱਲ ਵਰਤਾਈ ਚੱਲ। ਅਤੇ ਉਹ ਕਹਿੰਦੇ ਵੀ ਮਾਇਆ ਕਿੱਥੋਂ ਆਈ ਜਾਂਦੀ ਹੈ, ਬਾਬਾ ਹੀ ਜਾਣ ਜਾਣ ਸੀ। ਉਹਨੀ ਚੋਲਾ ਲਾ ਕੇ ਉਹ ਛੱਡ, ਕਹਿੰਦੇ ਲਓ ਪੰਡਿਤ ਜੀ ਧੋ ਲਿਓ। ਉਹ ਧੋਣ ਲੱਗਾ, ਜਿਵੇਂ ਬੀਬੀਆਂ ਜੇਬਾਂ ਦੇਖਦੀਆਂ ਨੇ ਵੀ ਵਿੱਚ ਕੋਈ ਨੋਟ ਨਾ ਹੋਵੇ ਭੇਜਣਾ ਜਾਏ। ਉਹ ਜੇਬਾਂ ਲੱਗਾ ਫੁਰਨ ਅਤੇ ਸਾਹਮਣੇ ਖੂਹ ਸੀ ਅਤੇ ਬਾਬਾ ਜੀ ਆਮ ਰਾਮ ਕੁਰਸੀ 'ਤੇ ਹੁੰਦੇ ਸੀ ਅਤੇ ਸ਼ੇਰ ਸਿੰਘ ਪਜਾਰੀ ਸਾਨੂੰ ਮਿਲੇ। ਕਹਿੰਦੇ 21 ਸਾਲ ਮੈਂ ਰਿਹਾ, ਦਿਨ ਰਾਤ ਮੈਂ ਬਾਬਾ ਨਿਧਾਨ ਸਿੰਘ ਨੂੰ ਸੁੱਤੇ ਨਹੀਂ ਦੇਖਿਆ, 24 ਘੰਟੇ ਸੇਵਾਦਾਰ ਬਣ ਕੇ ਰਹਿੰਦੇ ਸੀ। ਸਤਿ ਸ੍ਰੀ ਅਕਾਲ। ਅਤੇ ਮੈਂ ਦਸਮ ਪਾਤਸ਼ਾਹ ਦੇ ਲੰਗਰ ਦਾ ਝਾੜੂ ਬਰਦਾ ਰਿਹਾ, ਸੇਵਾਦਾਰ ਹਰ ਵੇਲੇ। ਬਾਬਾ ਜੀ ਕਹਿੰਦੇ ਪੰਡਿਤ ਜੀ ਕੀ ਫਰੋਲਦੇ ਹਾਂ। ਕਹਿੰਦੇ ਮੈਂ ਦੇਖਦਾ ਮਹਾਰਾਜ ਨੋਟ ਨਾ ਭੇਜਿਆ। ਕਹਿੰਦੇ ਪੰਡਿਤ ਜੀ ਤਾਂ ਜਦੋਂ ਦੇਣੇ ਹੁੰਦੇ ਉਦੋਂ ਹੀ ਆਉਂਦੇ ਹੁੰਦੇ, ਅੱਗੇ ਪਿੱਛੇ ਨਹੀਂ ਕੁਝ ਵੀ ਹੁੰਦਾ। ਕਹਿੰਦੇ ਜਦੋਂ ਦੇਣੇ ਹੁੰਦੇ ਨਾ ਉਦੋਂ ਹੀ ਆ ਜਾਂਦੇ ਇਹ ਮਹਾਰਾਜ ਦਾ ਵਚਨ। ਅਤੇ ਮਤਲਬ ਦੇਖ ਲਓ, ਮਹਾਰਾਜ ਦੀ ਕਲਾ ਜਿਹੜੀ ਹੈ ਇਹ ਪ੍ਰਤੱਖ ਹੈ। ਅਸੀਂ ਰੋਜ਼ ਕੌਤਕ ਦੇਖ ਮਹਾਰਾਜ ਦਰਬਾਰ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ। ਹੁਣ ਕਹਿੰਦੇ ਹੈ ਨਹੀਂ, ਆ ਪਰਮਿੰਦਰ ਸਿੰਘ ਜੰਮੂ ਕਸ਼ਮੀਰ ਤੋਂ ਆਇਆ ਸੀ ਨਾ, ਗੁੰਗਾ ਸੀ, ਜੁੜਿਆ ਸੀ। ਇੱਕ ਨੇ ਪਹਿਲਾਂ ਨਿੰਦਿਆ ਕੀਤੀ, ਇੱਕ ਦਿਨ ਲਓ ਜੀ ਐਵੇਂ ਸਰੋਵਰ ਨਲਾਉਂਦੇ ਫਿਰਦੇ, ਉੱਥੇ ਕੀ ਹੈ ਘਰ ਦਾ ਪਾਣੀ। ਪਰ ਉਹ ਪਾਣੀ ਨਹੀਂ, ਉਹ ਅੰਮ੍ਰਿਤ ਹੈ ਜਿੱਥੇ 24 ਘੰਟੇ ਕੀਰਤਨ ਹੁੰਦੀ। ਅਤੇ ਸਾਧ ਸੰਗਤ ਜੀ ਉਹ ਹੁਣ ਚੱਕ ਕੇ ਘਨੇੜੀ 'ਤੇ ਲਿਆਏ, ਮੱਥਾ ਟਿਕਾਇਆ, ਪਹਿਲਾਂ ਯਤਨ ਕੀਤਾ, ਲੱਤਾਂ ਵੀ ਖੁੱਲ੍ਹ ਗਈਆਂ, ਬਾਹਾਂ ਵੀ, ਜਵਾਨ ਵੀ, ਸਾਰੇ ਹੈਰਾਨ। ਬਾਹਰ ਚੈਨਲ ਵਾਲੇ ਆ ਕੇ ਵੀ ਤੈਨੂੰ ਕਿਵੇਂ ਹੋਇਆ, ਕਹਿੰਦੇ ਤਾਂ ਗੁਰੂ ਰਾਮਦਾਸ ਜੀ ਜਾਣਦੇ ਆ। ਗੱਜ ਕੇ ਬੋਲੋ ਵਾਹਿਗੁਰੂ। ਇਹ ਤਾਂ ਮਹਾਰਾਜ ਜੀ ਜਾਣਦੇ ਕਿਵੇਂ ਹੋਇਆ। ਇਹ ਬੁੱਧੀ ਦੀਆਂ, ਬੁੱਧੀ ਤੋਂ ਪਰੇ ਦੀਆਂ ਗੱਲਾਂ ਹੈ। ਉੱਥੇ ਦਿਮਾਗ ਜਿਹੜੇ ਆ ਨਾ, ਜਿੱਥੇ ਬੁੱਧੀ ਖਤਮ ਹੁੰਦੀ ਹੈ, ਇਹ ਗੁਰੂ ਨਾਨਕ ਦੇ ਘਰ ਦੀ ਲੀਲਾ ਨਿਆਰੀ। ਇਸ ਕਰਕੇ ਸੱਚੇ ਪਾਤਸ਼ਾਹ ਅੱਜ ਵੀ ਕਿਰਪਾ ਕਰਦੇ ਆ, ਜੇ ਸ਼ਰਧਾ ਭਗਤੀ ਧਾਰ ਕੇ
गुरु महाराज के चरणों की सेवा करांगे, सत्संग करांगे, हैं झोलियां भर के जायो, आ राम रौला लैके ना जायो। जड़े इतने रौला पाँग उन्होंने घर भी रौला ही रहना, तो जड़े इतने आगे भजन करे महाराज बरकत देंगे। हाँ जी, कंठ लगाए अपने जन राखे, जड़ा उन्होंने जन बन जाता। मरदाना जी कौडा राक्ष लगा सी ना, रखिया की नहीं की। एक दृष्टांत थोड़ी है, इस तरह के बेंते ही है, अपने प्यारियां नू कंठ गले ना ला के रखते हैं। अपनी प्रीत प्यारा, वो प्यारा अपने प्यारियां नू अपनी प्रीत बख्श दिंदा, जिते वह कृपा करता ना अपना प्यार बख्श दिंदा। मरदाना जी कहिंदे महाराज जी ते तुसीं खुश हुंदे आ, उहनूं की दिंदे आ? कहिंदे उहदे घर एक ना भजन करन वाला गुरमुख भेज दिंदे। कहिंदे ज़्यादा दो, कहिंदे जिहदे ज़्यादा प्रसन्न हो जाओ पूरे ही, कहिंदे फिर पंज भेज दिंदा। गज के बोलो वाहेगुरू। वो प्यारा अपनी प्रीति बख्श दिंदा है। वड्डी वड्याई अजरज सोभा, उस गुरु नानक साहब की पंजवें पातशाह कहिंदे वड्याई वड्डी प्रगट पई सगले युग अंतर, गुरु नानक की वड्याई। बोलते हो क्यों नहीं बोलते? गुरु नानक की वड्याई। वड्याई प्रगट हो रही कि नहीं? प्रतख कोई देखने वाली गल नहीं, कैबे को शोभा नहीं देखा ही परवान। बड़ी वड्याई अचरज शोभा, उदी शोभा भी अश्चर्ज है। हाँ जी, बड़ी वड्याई अचरज शोभा अगे कारज आया रासे, जिन्होंने महाराज ते भरोसा धार लिया ना उन्होंने सारे कारज रास हो जाते। बिघन को लागता जा की प्रभ है अरदास, महाराज सारे कार्य रास कर देंदे हन। नानक कौ गुर पूरा भेटियो, हम गुरु अर्जन साहब कहंदे महाराज ने बड़ी कृपा की सानू गुरु रामदास गुरु नानक स्वरूप सतगुरु पूरे भेटे, उन्होंने साडा मिलाप हो गया है। सगले दुख विनासे, दुख संकट सारे नाश हो, कोई कलेश नहीं, कोई आनंद स्वरूप है। हुण अपने जीवन का देखीदा, पांच साल दे सी जदों धन धन बाबा ज्वाला सिंह महाराज की उंगल फड़ाती, करदियां ने उन्हां दे लड़ लाता, आ न्याणे हुंदे तुहाडे चरणां जा गए, आ उन्हां दी कृपा सारी, ते महापुरख गुरु महाराज दे लड़ लांदे आ, या गुरु ग्रंथ साहिब लड़ पड़ो, ते जिन्हां ने विद्या ही दात दित्ती है वो जिहड़ा शब्द देता वो शब्द की बरकत ने संगत सत्कार कर दी है, नहीं तो शरीर जिहो जिहा तुहाडे उहो जिहा साडे, उहो जिहा पंजां तत्तां पंज तत्त को पुतला पंजां तत्तां दा, पर शब्द की महिमा शब्द ये महापुरख कृपा कर गए। बाणी का जिनी क बुद्धि है ज्ञान बख्शिया तुहाडे संगत दे, आ शब्द की कृपा नाल दर्शन करते हैं। बाबा बहाल सिंह साढ़े रेरे संत सी, बहुत सेवा की। एक दिन कहंदे काका भई सानू सत्तर सत्तर साल हो गया सेवा करदे सिमरन सेवा करदे, तू सारे नाल छोटा सातों बाद च आया, ये तेरे च की गुण है? तू सानू उपदेश देना, असीं तेरे मोहरे बहने। मैं उन्हां दे चरणां च सिर रखता, अखां च अथरू आ गए। ये महापुरशो ये तुहाडी बजुर्गों की आशीर्वाद है। कहंदे काका तैनू नुकता समझ आ गया, नुकता समझ आ गया, क्योंकि बजुर्गों का सत्कार करना उम्र बढ़ती है, आशीर्वाद मिलती है, ज्ञान बढ़ता है। अज साडे मनां चों माता पिता का सत्कार चले गया, महापुरखों का गुरु महाराज का निशान धाम का एक दुए का प्यार, फोनां दे गल्लां नेड़े हो गईयां, फैक्सां नाल चिट्ठियां नेड़े हो गईयां, नैटां नाल, पर बंदा बंदे तो दूर होया पिया। नेड़े होण दा साधन की है? गुरु का शब्द। हम तुसीं बैठे हाँ, आ शब्द की ताकत है, जिन्हां दी किस्मत चंगी सी बजे बैठे हैं। ये गुरु नानक साहब का शब्द, मैं मूर्ख की केतक बाट बात है, कोट पराधी तरिया रे,
ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਇਸ ਕਰਕੇ ਸ਼ਬਦ ਨਾਲ ਜੁੜੋ, ਸਵੇਰੇ ਉੱਠੋ, ਇਸ਼ਨਾਨ ਕਰੋ, ਅੰਮ੍ਰਿਤਧਾਰੀ ਪੰਜ ਬਾਣੀਆਂ, ਦੂਸਰੇ ਸ਼ਾਮਦਾਰ ਆਰਤੀ ਕੀਰਤਨ ਸੋਲਾ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰੋ, ਜਪਜੀ ਸਾਹਿਬ ਬਾਣੀ ਵੱਧ ਤੋਂ ਵੱਧ ਕੰਠ ਕਰੋ, ਦੋਨੋਂ ਵੇਲੇ ਗੁਰੂ ਮਹਾਰਾਜ ਦੇ ਚਰਨਾਂ ਜਾ ਕੇ ਦਰਸ਼ਨ ਕਰੋ, ਕਥਾ ਕੀਰਤਨ ਸੁਣੋ। ਦੇਖੋ ਆਪਾਂ ਕਿੰਨੇ ਭਾਗਾਂ ਵਾਲੇ ਹਾਂ, ਮਾਰਨ ਚਰਨ ਪਾਏ ਆ, ਉਹਨਾਂ ਦੇ ਇਤਿਹਾਸੀ ਸਥਾਨ ਆ, ਅਤੇ ਸ਼੍ਰੋਮਣੀ ਕਮੇਟੀ ਨੇ ਹੈ ਕਿੰਨੇ ਸੋਹਣੇ ਸੋਹਣੇ ਜਥੇ ਰੱਖੇ ਆ, ਕਥਾ ਕੀਰਤਨ ਹੋ ਰਹੇ ਆ, ਕਿੰਨਾ ਲਾਹਾ, ਅਤੇ ਫਿਰ ਵੀ ਲਾਹਾ ਨਾ ਲਈਏ ਤਾਂ ਸਾਡੇ ਭਾਗਾਂ ਦੀ ਕਮਜ਼ੋਰੀ। ਸੋ ਇਸ ਕਰਕੇ ਵਡਭਾਗੀਓ ਸੰਗਤ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਮਸਤਕ ਟੇਕਿਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਸਤਸੰਗ ਕਰਿਆ ਕਰੋ। ਇਹ ਸਤਿਗੁਰ ਸੱਚੇ ਪਾਤਸ਼ਾਹ, ਦੇਖੋ ਸਾਰੇ ਸੰਸਾਰ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮਨਾਏ ਜਾ ਰਹੇ। ਕੱਲ੍ਹ ਹੁਣ ਨਗਰ ਕੀਰਤਨ ਸੰਗਤ ਦਾ ਅਥਾਸ, ਸਵੇਰੇ ਵੀ ਭੋਗ ਪੈਣੇ, ਬੇਅੰਤ ਸੰਗਤਾਂ ਲਾਹੇ ਲੈ ਰਹੀਆਂ, ਸੇਵਾ ਵਾਲੇ ਸੇਵਾ ਕਰ ਰਹੇ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਦੇਣ ਆ, ਉਹਨਾਂ ਦੀ ਬਖਸ਼ਿਸ਼ ਹੈ, ਕਿਰਪਾ ਹੈ। ਇਹ ਤੋਂ ਬਾਂਝੇ ਨਾ ਰਹੀਏ, ਇੱਥੇ ਆ ਕੇ ਬੁਰਾਈਆਂ ਛੱਡ ਕੇ ਜਾਈਏ। ਅਤੇ ਜੇ ਕਿਸੇ ਦਾ ਮੋਬਾਈਲ ਕੱਢ ਲਿਆ, ਕਿਤੇ ਜੁੱਤੀ ਚੱਕ ਲਈ, ਬੈਗ ਚੁੱਕ ਲਿਆ, ਠੀਕ ਆ। ਅਤੇ ਮਹਾਰਾਜ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਹੋਏ, ਚੋਰ ਕੀ ਆ ਚੰਗਾ ਥਾ। ਇੱਥੇ ਆ ਕੇ ਚੋਰੀਆਂ ਜਾ ਰਹੀਆਂ, ਬਦਮਾਸ਼ੀਆਂ ਛੱਡਣੀਆਂ, ਹਾਂਜੀ। ਸਾਂਝ ਕਰੀਜਿਆ ਗੁਣੇ ਖੇਰੀ, ਛੋਟ ਆਪਣ ਚਲੀ ਹੈ, ਪਹਿਰੇ ਕੁਟੰਬਰ ਕਰ ਅਡੰਬਰ, ਆਪਣਾ ਪਿੜ ਮਲੀਐ, ਜਿੱਥੇ ਜਾਏ ਵਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਬਾਸਲਾ ਕਟਵਾਸ ਲਈ ਜੈ। ਅਤੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਇਹ ਵੀ ਹਨ, ਇੱਕ ਤਾਂ ਹੈਗਾ ਧਰਮ ਦੀ ਕਿਰਤ ਕਰੋ, ਨਾਮ ਜੋ ਵੰਡ ਛਕੋ, ਇਹ ਵੀ ਅਰਦਾਸ ਵੱਧ ਪੜ੍ਹਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿੱਥੇ ਨਾਮ ਹੈ ਉੱਥੇ ਚੜ੍ਹਦੀ ਕਲਾ, ਤੇਰੇ ਚੜ੍ਹਦੀ ਕਲਾ ਕੀ ਦਾ ਬ੍ਰਹਮ ਗਿਆਨੀ, ਉਹ ਸਰਬੱਤ ਦਾ ਭਲਾ ਮੰਗਦਾ। ਅਸੀਂ ਤਾਂ ਆਪੋ ਆਪਣਾ ਮੰਗਦੇ ਹਾਂ ਨਾ, ਆ ਕਈ ਮਾਈਆਂ ਖੂਨ, ਬਾਬਾ ਜੀ ਕਿਰਪਾ ਕਰੋ ਸਾਡਾ ਪਰਿਵਾਰ ਸੁਖੀ ਰਹੇ, ਅਤੇ ਮੈਂ ਕਿਹਾ ਬਾਕੀ ਕਿਹਦਾ। ਹੁਣ ਆ ਜਿੰਨੀ ਗੁਰੂ ਨਾਨਕ ਦੀ ਇੰਨਾ ਸੰਸਾਰ ਸਾਡਾ ਸਾਰਾ ਹੀ ਪਰਿਵਾਰ ਹੈ, ਆ ਸਾਰਾ ਸੰਸਾਰ ਸਾਡਾ ਪਰਿਵਾਰ ਬਣ ਗਿਆ, ਅਸੀਂ ਪਰਿਵਾਰ ਸੰਸਾਰ ਦੇ ਬਣ ਗਿਆ, ਸੰਸਾਰ ਸਾਡਾ ਬਣ ਗਿਆ, ਸੰਸਾਰ ਵਿੱਚ ਕਰਤਾਰ ਵਸ ਰਿਹਾ। ਹੁਣ ਇਸ ਕਰਕੇ ਸੰਗਤ ਸਾਰੀ ਪਿਆਰ ਕਰਦੀ ਹੈ, ਤੁਸੀਂ ਤਾਂ ਛੋਟੇ ਛੋਟੇ ਨਾ ਆਪਣੇ ਦੋ ਚਾਰ ਬੱਚਿਆਂ ਦਾ ਫਿਕਰ, ਇਸ ਕਰਕੇ ਅਸੀਂ ਸੰਗਤ ਦੇ ਬਣ ਗਏ। ਅਤੇ ਜਦੋਂ ਸੰਗਤ ਦੇ ਬਣ ਜਾਈਏ, ਸੰਗਤ ਕੋਈ ਕਮੀ ਰਹਿਣ ਦਿੰਦੀ ਹੈ, ਸੰਗਤ ਗੁਰੂ ਰੂਪ ਹੁੰਦੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ 'ਚ ਬਹਿਣ ਦਾ ਸੁਭਾਗ ਮਿਲਿਆ। ਹੁਣ ਕੁਝ ਬਜ਼ੁਰਗ ਨੌਜਵਾਨ ਵੀ ਉਹ ਆ ਗੁਰਪੁਰਬ ਨਹੀਂ ਮਨਾ ਸਕੇ, ਰੀਝਾਂ ਸੀਆਂ ਵੀ ਮਹਾਰਾਜ ਗੁਰਪਾਉ ਸੇਵਾ ਕਰਾਂਗੇ, ਸਰੀਰ ਛੱਡ ਗਏ, ਹੁਣ ਪਤਾ ਨਹੀਂ ਅਗਲੇ ਸਾਲ ਕਿਹਨੂੰ ਸਮਾਂ ਮਿਲਣਾ, ਕਿਹਨੂੰ ਨਹੀਂ ਮਿਲਣਾ। ਇਹ ਤਾਂ ਮਹਾਰਾਜ ਦੇ ਹੱਥ ਦੀ ਖੇਡ ਹੈ, ਹੁਣ ਸਮਾਂ ਮਿਲਿਆ, ਇਹਨੂੰ ਅਜਾਈ ਨਾ ਹੋਏ, ਇਹਦਾ ਲਾਹਾ ਲੈ ਲਈ। ਇਹਾਂ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ, ਗੁਰੂ ਮਹਾਰਾਜ ਕਿਰਪਾ ਕਰਨ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਨੂੰ ਨਾਮਦਾਨ ਸਿੱਖੀ ਸਿਦਕ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਖਾਲਸਾ ਪੰਥ ਵਿੱਚ ਏਕਤਾ ਪਾਕ ਚੜ੍ਹਦੀ ਕਲਾ ਪ੍ਰਬੰਧਕਾਂ ਦਾ, ਸਮੂਹ ਸੇਵਾਦਾਰਾਂ ਦਾ, ਸਾਰੀਆਂ ਸੰਗਤਾਂ ਦਾ ਸਮੁੱਚੇ ਰੂਪ ਦੇ ਵਿੱਚ ਧੰਨਵਾਦ ਹੈ। ਸੋ ਮਹਾਰਾਜ ਮਿਹਰ ਕਰਨ, ਬਾਕੀ ਦਾ ਜਿਹੜਾ ਸਾਰਾ ਦਿਨ ਦੀ ਵਣ ਸਜਣੇ ਹੈ, ਰਾਤ ਵੀ 1:40 'ਤੇ ਤਖ਼ਤ ਸਾਹਿਬ 'ਤੇ ਰੱਖੇ ਹੋਏ ਪਾਠਾਂ ਦੇ ਭੋਗ ਪੈਣਗੇ, ਆਰਤੀ ਆਰਤੀ ਦਾ ਕੀਰਤਨ, ਸ਼ਬਦ ਕੀਰਤਨ, ਅਰਦਾਸ, ਹੁਕਮ ਦੀ ਵਿਚਾਰ ਸੰਖੇਪ, ਉਹ ਤੋਂ ਬਾਅਦ ਫਿਰ ਸ਼੍ਰੀ ਪੰਜ ਬਾਣੀਆਂ ਦਾ ਪਾਠ, ਸ਼੍ਰੀ ਆਸਾਈ ਵਾਰ, ਫਿਰ ਕਥਾ, ਉਹ ਤੋਂ ਬਾਅਦ ਫਿਰ ਅਰਦਾਸ, ਸਾਰਿਆਂ ਨੂੰ ਵਿਦਾਇਗੀ ਦਿੱਤੀ ਜਾਏਗੀ। ਸੋ ਸਾਰੀਆਂ ਸੰਗਤਾਂ ਭਾਈ ਕਿਰਪਾ ਕਰਕੇ ਮਹਾਰਾਜ ਦੇ ਚਰਨਾਂ ਨਾਲ ਜੁੜੀਏ, ਲਾਹਾ ਲਈਏ, ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੀਏ। ਗਿਆਨੀ ਜੀ ਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ। ਹੁਣ ਹੈਡ ਗ੍ਰੰਥੀ ਸਾਹਿਬ
ਅਰਦਾਸ ਕਰਨਗੇ। ਆਨੰਦ ਸਾਹਿਬ ਤੋਂ ਬਾਅਦ ਪੜ੍ਹੋ ਗਿਆਨੀ ਜੀ ਆਨੰਦ ਸਾਹਿਬ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਹਿਬ ਵੀ ਹਾਜ਼ਰ ਹੋ ਗਏ, ਬਹੁਤ ਵਧੀਆ। ਕੱਲ੍ਹ ਪ੍ਰਧਾਨ ਸਾਹਿਬ ਵੀ, ਉਹਨਾਂ ਨੇ ਵੀ ਆ ਕੇ ਨਗਰ ਕੀਰਤਨ ਆਰੰਭਤਾ ਵੇਲੇ, ਅਤੇ ਕੱਲ੍ਹ ਉਹਨਾਂ ਨੂੰ ਵੀ ਅਤੇ ਕਹਿੰਦੇ ਸੀ ਅਸੀਂ ਭੋਗ ਦੇ ਸਮੇਂ ਆਵਾਂਗੇ। ਇਸ ਵਾਸਤੇ ਬਹੁਤ ਵਧੀਆ ਸਾਰਾ ਖਾਲਸਾ ਪੰਥ ਏਕਤਾ ਪਾਕ ਚੜ੍ਹਦੀ ਕਲਾ ਦੇ ਨਾਲ ਲਾਹੇ ਲਈਏ। ਇਹ ਸਮਾਂ ਰੋਜ਼ ਰੋਜ਼ ਵੀ ਭਾਗਾ ਨਾ ਮਿਲਦਾ, ਸੋ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਮਿਹਰ ਕਰਦੇ ਆ। ਮਿਹਰ ਦੇ ਪਾਤਰ ਬਣਨ ਲਈ ਪ੍ਰਬੰਧਕਾਂ ਨੂੰ ਪੂਰਾ ਪੂਰਾ ਸਹਿਯੋਗ ਦਿਓ, ਚੜ੍ਹਦੀ ਕਲਾ ਨਾਲ ਬਾਕੀ ਸਮਾਗਮ ਵੀ ਸੰਪੂਰਨ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।